ਇੱਕ ਸੀਗਾ ਉਹਨੂੰ ਅਸੀਂ ਤਾਇਆ ਕਹਿੰਦੇ ਹੁੰਦੇ, ਦੀਦਾਰ ਸਿੰਘ। ਅੱਛਾ। ਉਹਦਾ ਪੁੱਤ ਸੀਗਾ ਉਹਨੂੰ ਅਸੀਂ ਚਾਚਾ ਕਹਿੰਦੇ, ਅਤੇ ਤਾਂ ਉਹਦੇ ਨਾਲ ਮਹਿੰਦਰ ਸਿੰਘ। ਅੱਛਾ। ਤਾਂ ਉਹਨਾਂ ਨੇ ਕਹੀ ਵੀ ਤੂੰ ਲੈ ਜਾ, ਜਿਹੜੀਆਂ ਚਮਾਰੀਆਂ ਚਮੂਰੀਆਂ ਨਾ ਘਾਹ ਘੂ ਨੂੰ ਜਾਂਦੀਆਂ ਨਾ, ਪੱਠਿਆਂ ਨੂੰ ਜਾਂਦੀਆਂ, ਵੀ ਉਹਨਾਂ ਨੂੰ ਜਥੇ ਵਾਲੇ ਸਿੱਖ ਪੁੱਛਦੇ ਗਏ ਆ ਵੀ ਮੁਸਲਮਾਨਾਂ ਦੇ ਘਰ ਕਿੱਧਰ ਆ, ਵੀ ਕਿੱਧਰਲੀ ਸਾਈਡ ਆ। ਤਾਂ ਜੇ ਅਖੇ ਉਹ ਆ ਗਏ ਹੈਂ ਵੀ ਅਸੀਂ ਜੇ ਤੁਹਾਡੀ ਹਮਦਾਦ ਕਰਾਂਗੇ ਅਸੀਂ ਆਪਣੀ ਬਰਾਦਰੀ 'ਤੇ ਜਾਂਦੇ ਹਾਂ, ਜੇ ਅਸੀਂ ਉਹਨਾਂ ਨਾਲ ਰਲਾਂਗੇ ਤਾਂ ਆਪਾਂ ਭੈਣਾਂ ਭਾਈਆਂ ਨੂੰ ਪਹਿਲਾਂ ਤਾਂ ਵੱਸਦੇ ਹਾਂ ਇੱਥੇ। ਬਾਬਾ ਜੀ ਸਾਨੂੰ ਪਤਾ ਲੱਗਾ ਕਿ ਤੁਹਾਡੇ ਉੱਥੇ ਰਿਸ਼ਤੇਦਾਰ ਜਿਹੜੇ ਆ ਇੰਡੀਆ ਦੇ ਵਿੱਚ ਹਲੇ ਵੀ ਹੈਗੇ ਆ, ਉਹਨਾਂ ਦੇ ਬਾਰੇ ਦੱਸੋ। ਉਹਨਾਂ ਦੇ ਬਾਰੇ ਜੀ, ਚਾਚਾ ਬਲੀ ਸੀ, ਚਾਚਾ ਰਾਣਾ ਸੀ, ਬਾਬਾ ਫੌਜਾ ਸੀ, ਅਤੇ ਜਿਹਦੇ ਵਿੱਚੋਂ ਇੱਕ ਸੀਗਾ ਸਾਡਾ ਤਾਇਆ, ਸਾਡੇ ਬਾਪ ਦਾ ਸਕਾ ਭਾਈ ਕੋਈ ਨਹੀਂ ਸੀ, ਤਾਂ ਉਹਦੇ ਨਾਂ ਸੀਗਾ ਮਾਮਦੀਨ, ਕਹਿੰਦੇ ਮਾਣਾ ਸੀ, ਇੱਕ ਦੇ ਨਾਂ ਗੁਲਾਮ ਨਬੀ ਸੀ, ਉਹਨੂੰ ਕਹਿੰਦੇ ਰਾਂਡੂ। ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ, ਪ੍ਰਣਾਮ ਦੋਸਤੋ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਚੱਕ ਨੰਬਰ 294 ਜੀਂਬੇ ਇਬਣ ਤਹਿਸੀਲ ਉਹ ਜ਼ਿਲ੍ਹਾ ਟੋਬਾ ਟੇਸਿੰਗ। ਦੋਸਤੋ ਸਾਡੇ ਚੈਨਲ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਮੁਹੱਬਤ ਨੂੰ ਵਧਾਇਆ ਜਾਏ ਔਰ ਨਫ਼ਰਤ ਨੂੰ ਘੱਟ ਕੀਤਾ ਜਾਏ। ਔਰ ਇਸ ਦੇ ਨਾਲ ਨਾਲ ਅਸੀਂ ਪੰਜਾਬੀ ਜ਼ਬਾਨ ਨੂੰ ਵੀ ਅੱਗੇ ਲਿਆਉਣ ਦੀ ਕੋਸ਼ਿਸ਼ ਕਰੀਦੀ ਹੈ। ਜਿਹੜੇ ਲੋਕ ਪੰਜਾਬੀ ਜ਼ਬਾਨ ਬੋਲਣ ਲੱਗੇ ਹਾਂ ਥੋੜ੍ਹੇ ਜਿਹਾ ਆਪਣੇ ਆਪ ਨੂੰ ਅਹਿਸਾਸੇ ਕਮਤਰੀ ਦਾ ਸ਼ਿਕਾਰ ਸਮਝਦੇ ਆ, ਜਾਂ ਇਹ ਸਮਝਦੇ ਆ ਕਿ ਸਾਡਾ ਪਤਾ ਨਹੀਂ ਪੰਜਾਬੀ ਜ਼ਬਾਨ ਬੋਲਣ ਦੇ ਨਾਲ ਕਿਸੇ ਜਗ੍ਹਾ 'ਤੇ ਘਟਾ ਹੋਣ ਲੱਗਾ ਆ, ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਕਮ ਅਜ਼ ਕਮ ਜਿਹੜੇ ਆਪਣੇ ਬੱਚੇ ਆਪਣੇ ਘਰਾਂ ਵਿੱਚ ਜਿਹੜਾ ਪੰਜਾਬੀ ਬੋਲਣ, ਔਰ ਸਕੂਲਾਂ ਦੇ ਵਿੱਚ 10ਵੀਂ ਜਮਾਤ ਤੱਕ ਜਿਹੜਾ ਇਸ ਜ਼ਬਾਨ ਨੂੰ ਲਾਜ਼ਮੀ ਕਰਾਰ ਦਿੱਤਾ ਜਾਏ ਔਰ ਇਹਦੇ ਜਿਹੜੇ ਟੀਚਰ ਭਰਤੀ ਕੀਤੇ ਜਾਣ। ਇਸ ਦੇ ਨਾਲ ਨਾਲ ਅਸੀਂ ਆਪਣੇ ਚੈਨਲ ਦੇ ਰਾਹੀਂ ਵਿਛੜੇ ਹੋਏ ਜਿਹੜੇ ਲੋਕ ਆ ਉਹਨਾਂ ਨੂੰ ਵੀ ਮਿਲਾਉਣ ਦੀ ਕੋਸ਼ਿਸ਼ ਕਰੀ ਦੀ ਆ। ਅੱਜ ਦੀ ਸਾਡੀ ਜਿਹੜੀ ਵੀਡੀਓ ਹੈ ਇਹਦੇ ਵਿੱਚ ਵੀ ਜਿਹੜੇ ਬਜ਼ੁਰਗ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਨੀ ਆ ਜੀ, ਉਹਨਾਂ ਦੇ ਅੱਧੀ ਫੈਮਿਲੀ ਜਿਹੜੀ ਆ ਨਾ ਜੀ ਉਹ ਚੜ੍ਹਦੇ ਪੰਜਾਬ 'ਚ ਰਹਿ ਗਈ ਸੀ ਔਰ ਅੱਜ ਤੱਕ ਇਹਨਾਂ ਨੂੰ ਨਹੀਂ ਮਿਲ ਸਕੀ। ਅਸੀਂ ਦੁਆ ਵੀ ਕਰਾਂਗੇ, ਕੋਸ਼ਿਸ਼ ਵੀ ਕਰਾਂਗੇ ਕਿ ਇਹ ਜਿਹੜੀ ਇਹਨਾਂ ਦੀ ਫੈਮਿਲੀ ਪਿਛੜੀ ਹੋਈ ਆ ਇਹਨਾਂ ਨੂੰ ਦੁਬਾਰਾ ਮਿਲ ਸਕੇ, ਔਰ ਸਾਡੇ ਦੇਖਣ ਵਾਲੇ ਵੀ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨ ਤਾਂ ਕਿ ਇਹ ਵੀਡੀਓ ਉਹਨਾਂ ਤੱਕ ਪਹੁੰਚ ਸਕੇ ਅਤੇ ਉਹ ਇਹਨਾਂ ਨਾਲ ਰਾਬਤਾ ਕਰਕੇ ਦੁਬਾਰਾ ਆਪਣਾ ਮਿਲਾਪ ਕਰ ਸਕਣ, ਦੁਬਾਰਾ ਇੱਕ ਦੂਜੇ ਨੂੰ ਮਿਲ ਸਕਣ। ਇਸ ਵੀਡੀਓ ਦੀ ਸਭ ਤੋਂ ਖਾਸ ਗੱਲ ਜੀ ਕਿ ਨਵਾਜ਼ ਸ਼ਰੀਫ ਜੋ ਕਿ ਸਾਡੇ ਪਾਕਿਸਤਾਨ ਦੇ 3 ਵਾਰ ਵਜ਼ੀਰ ਆਜ਼ਮ ਰਹਿ ਚੁੱਕੇ ਨੇ, ਉਹਨਾਂ ਦੀ ਬੇਟੀ ਮਰੀਮ ਨਵਾਜ਼, ਉਹਨਾਂ ਦੇ ਜਿਹੜੇ ਕੁੜਮ ਆ ਉਹਨਾਂ ਦਾ ਤਲਕ ਵੀ ਇਸੇ ਪਿੰਡ ਦੇ ਨਾਲ ਹੈ। ਉਹਨਾਂ ਦੇ ਕੁੜਮਾਂ ਦਾ ਨਾਂ ਹੈ ਜੀ ਮੁਨੀਰ ਅਹਿਮਦ ਬਲਦ ਹਦਾਇਤ ਅਲੀ ਕੌਮ ਅਰਾਈ। ਮੁਨੀਰ ਅਹਿਮਦ ਦੀ ਇੱਕ ਬੇਟੀ ਆਮਨਾ ਮੁਨੀਰ ਜਿਹੜੀ ਕਿ ਡੀ ਸੀ ਟੋਬਾ ਟੇਕ ਸਿੰਘ ਵੀ ਰਹਿ ਚੁੱਕੀ ਆ ਜੀ, ਉਹਨਾਂ ਦਾ ਤਲਕ ਵੀ ਇਸੇ ਪਿੰਡ ਦੇ ਨਾਲ ਹੈ। ਇਸ ਪਿੰਡ ਦੇ ਬਾਰੇ ਤੁਹਾਨੂੰ ਦੱਸਦੇ ਜਾਂਦੇ ਹਾਂ ਜੀ ਕਿ ਇਹਦਾ ਰਕਬਾ 80 ਮਰੱਬੇ ਆ, ਆਬਾਦੀ ਇਹਦੀ 4 ਮਰੱਬੇ ਆ। ਜੱਟ ਅਰਾਈ ਔਰ ਗੁੱਜਰ ਜਿਹੜੇ ਬਰਾਬਰ ਤਾਦਾਦ ਵਿੱਚ ਇਸ ਪਿੰਡ 'ਚ ਬੈਠੇ ਆ, ਇਹਨਾਂ ਤੋਂ ਇਲਾਵਾ 4 ਘਰ ਜਿਹੜੇ ਰਾਜਪੂਤਾਂ ਦੇ ਵੀ ਹੈਗੇ ਆ, ਗੈਰ ਕਾਸ਼ਤਕਾਰ ਬਰਾਦਰੀਆਂ ਦੇ ਘਰ ਵੀ ਇਸ ਪਿੰਡ ਦੇ ਵਿੱਚ ਹੈਗੇ ਆ। 2 ਸਕੂਲ ਨੇ ਜੀ, ਇੱਕ ਲੜਕੀਆਂ ਦਾ ਹਾਈ ਸਕੂਲ ਆ ਔਰ ਲੜਕੀਆਂ ਦਾ ਮਿਡਲ ਸਕੂਲ ਆ। ਇਸ ਪਿੰਡ ਦੇ 4 ਨੰਬਰਦਾਰ ਆ, 2 ਅਰਾਈ ਬਰਾਦਰੀ ਨਾਲ ਤਲਕ ਰੱਖਦੇ ਆ, 1 ਗੁੱਜਰ ਬਰਾਦਰੀ ਨਾਲ ਔਰ 1 ਜੱਟਾਂ ਦਾ ਹੈਗਾ। ਚੜ੍ਹਦੇ ਪੰਜਾਬ ਤੋਂ ਲੁਧਿਆਣਾ, ਜਲੰਧਰ, ਹੁਸ਼ਿਆਰਪੁਰ, ਫਿਰੋਜ਼ਪੁਰ ਇਹਨਾਂ ਜ਼ਿਲ੍ਹਿਆਂ 'ਚੋਂ ਲੋਕ ਉੱਠ ਕੇ ਆ ਕੇ ਇਸ ਪਿੰਡ ਵਿੱਚ ਵਸੇ ਹੋਏ ਨੇ। ਨਜ਼ਦੀਕੀ ਪਿੰਡਾਂ ਦੀ ਗੱਲ ਕਰੀਏ ਤਾਂ ਕੁਹਾੜਕਾ, ਚੋਲਾ, ਭੰਗਵਾਂ, ਸੈਦ ਮਹਿਮੂਦ, ਨੱਬਾ, ਗੁਮਟਾਲਾ, ਦੇਵੀਦਾਸਪੁਰਾ, ਬਲੱਗਣ ਇਸ ਪਿੰਡ ਦੇ ਨੇੜੇ ਨੇੜੇ ਲੱਗ ਜਾਂਦੇ। ਦੇਵੀਦਾਸਪੁਰੇ ਦੀਆਂ 2 ਆਬਾਦੀਆਂ ਜੀ, 1 ਬੜਾ ਦੇਵੀਦਾਸਪੁਰਾ, 1 ਛੋਟਾ ਦੇਵੀਦਾਸਪੁਰਾ। ਸਿਆਸੀ ਇਖਤਲਾਫਾਤ ਹੋਣ ਦੇ ਬਾਵਜੂਦ ਇਸ ਪਿੰਡ ਦੇ ਲੋਕ ਆਪਸ ਵਿੱਚ ਬਹੁਤ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਆ ਜੀ। ਤੁਸੀਂ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਿਓ ਔਰ ਬਜ਼ੁਰਗਾਂ ਨਾਲ ਹੋਈ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ। ਅਸਲਾਮ ਅਲੈਕਮ ਬਾਬਾ ਜੀ। ਵਾਲੇਕੁਮ ਸਲਾਮ।
ਬਾਬਾ ਜੀ ਆਪਣਾ ਨਾਂ ਦੱਸੋ ਪਹਿਲੇ, ਕੀ ਹੈ ਤੁਹਾਡਾ ਨਾਂ? ਮੇਰਾ ਨਾਂ ਜਮਾਲਦੀਨ ਹਾਜੀ। ਅੱਛਾ, ਬਜ਼ੁਰਗਾਂ ਦਾ ਕੀ ਨਾਮ ਸੀ? ਅਲਾ ਬਖਸ਼। ਅੱਛਾ, ਅਤੇ ਦਾਦੇ ਦੇ ਨਾਂ ਦਾ ਵੀ ਯਾਦ ਹੋਣਾ? ਹਾਂ ਯਾਦ ਆ, ਮੇਹਰਦੀਨ। ਹਾਂ ਬਾਬਾ ਜੀ, ਆਪਣੀ ਕਿਹੜੀ ਕੌਮ ਆ? ਗੁੱਜਰ। ਬਾਬਾ ਜੀ, ਆਪਾਂ ਜਦੋਂ ਉੱਥੇ ਦੇਸ਼ ਵਿੱਚ ਰਹਿੰਦੇ ਹੁੰਦੇ ਸੀਗੇ, ਆਪਣੇ ਪਿੰਡ ਦਾ ਕੀ ਨਾਂ ਸੀ? ਆਪਣੇ ਪਿੰਡ ਦਾ ਨਾਮ ਮਾਦਪੁਰ। ਤਹਿਸੀਲ ਜ਼ਿਲ੍ਹਾ ਕਿਹੜਾ ਲੱਗਦਾ ਸੀ? ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ, ਥਾਣਾ ਵੀ ਸਮਰਾਲਾ। ਹਾਂ, ਡਾਕਖਾਨਾ ਵੀ ਉਹੀ? ਡਾਕਖਾਨਾ ਖਾਸ। ਆਪਣੇ ਪਿੰਡ ਦੇ ਨੇੜੇ ਨੇੜੇ ਕਿਹੜੇ ਕਿਹੜੇ ਪਿੰਡ ਸੀਗੇ? ਆਪਣੇ ਪਿੰਡ ਦੇ ਨਾਲ ਨਾਲ ਸੀਗੇ ਲੂਪੋਂ, ਬਲਾਲਾ, ਢੀਣ ਸੀ, ਮੋਤਿਓਂ, ਨਾਗਰੇ, ਖਟਰਾਂ, ਤਾਂ ਲੱਦੜਾਂ ਚਾਲਾਂ, ਤਾਂ ਕੁੱਬੇ, ਘਲਾਲ, ਇਹ ਪਿੰਡ ਦੇ ਨਾਲ ਨਾਲ। ਅੱਛਾ ਬਾਬਾ ਜੀ, ਤੁਸੀਂ ਕਾਫੀ ਪਿੰਡਾਂ ਦਾ ਨਾਂ ਲਿਆ ਜਿਹੜੇ ਤੁਹਾਡੇ ਨੇੜੇ ਨੇੜੇ ਲੱਗਦੇ ਸੀ, ਇਹਨਾਂ ਦੇ ਵਿੱਚੋਂ ਆਪਣਾ ਆਉਣ ਜਾਣ ਕਿਹੜੇ ਪਿੰਡਾਂ ਵਿੱਚ ਸੀਗਾ? ਨਾਗਰਿਆਂ 'ਚ ਬਹੁਤਾ ਸੀ, ਮੋਤਿਓਂ 'ਚ ਸੀ, ਤਾਂ ਲੱਦੜਾਂ ਚਾਲਾਂ 'ਚ। ਹਾਂ, ਆਪ ਵੀ ਕਦੇ ਗਏ ਸੀ ਆਪਣੇ ਜਿਹੜੇ ਵਡਾਰੂ ਉਹ ਜਾਂਦੇ ਹੁੰਦੇ ਸੀਗੇ? ਆਪ ਵੀ ਜਾਂਦੇ ਰਹੇ ਹਾਂ ਲਲੌੜੀ, ਉੱਥੇ ਵੀ ਵਿਆਹ ਸ਼ਾਦੀ ਜਾਂਦੇ ਰਹੇ ਹਾਂ। ਜਦੋਂ ਬਾਬਾ ਉਦੋਂ ਜਾਂਦੇ ਹੁੰਦੇ ਸੀ, ਸਿਆਣੇ ਬੰਦੇ ਆਪਣੇ ਨਾਲ ਨਿਆਣੇ ਲੈ ਕੇ ਜਾਂਦੇ ਹੁੰਦੇ ਸੀਗੇ, ਉਦੋਂ ਵੀ ਰਿਵਾਜ਼ ਹੈਗਾ ਸੀ ਵੀ ਆਉਣ ਲੱਗਿਆਂ ਨਿਆਣਿਆਂ ਨੂੰ ਕੋਈ ਹੱਥ ਵਿੱਚ ਰੁਪਈਆ ਧੇਲਾ ਦੇਣ ਦਾ? ਘੱਟ ਹੀ ਸੀਗਾ। ਅੱਛਾ, ਪਿਆਰ ਹੀ ਦਿੰਦੇ ਹੁੰਦੇ ਸੀ ਬਸ? ਸੁੱਕਾ। ਅੱਛਾ, ਕੱਪੜੇ ਕੁਪੜੇ ਤਾਂ ਦਿੰਦੇ ਹੋਣੇ ਆ? ਆਹੋ, ਦਿੰਦੇ ਹੀ ਸੀ। ਅੱਛਾ। ਅੱਛਾ ਬਾਬਾ ਜੀ, ਉਹ ਜਿਹੜੇ ਪਿੰਡਾਂ 'ਚ ਜਾਂਦੇ ਹੁੰਦੇ ਸੀ, ਆਪਣੀ ਰਿਸ਼ਤੇਦਾਰੀ ਸੀ ਜਾਂ ਸਿੱਖਾਂ ਨਾਲ ਮਿਲਾਪ ਸੀ ਆਪਣਾ? ਜਿਹੜੇ ਮੋਤਿਓਂ ਸੀ ਨਾ, ਉਹ ਵੀ ਸਾਡੇ ਰਿਸ਼ਤੇਦਾਰ ਸੀ। ਅੱਛਾ। ਜਿਹੜੇ ਸੀਗੇ ਨਾਗਰਿਆਂ 'ਚ, ਉਹ ਸਾਡੇ ਵਾਲਦ ਦੇ ਮਾਮੇ ਸੀ, ਸਲੇਮ ਅਤੇ ਡੋਗਰ। ਅੱਛਾ। ਤਾਂ ਉਹ ਨਾਗਰਿਆਂ 'ਚ ਸੀ ਉਹ। ਹਾਂ, ਨਾਨਕੇ ਸਾਡੇ ਸੀਗੇ ਹਿਆਦਪੁਰੇ, ਗੁਰੂਗੜ੍ਹ ਹਿਆਦਪੁਰਾ ਬੋਲਦਾ ਸੀ ਇਹ ਗੁਰੂਗੜ੍ਹ ਦਾ। ਹਾਂ, ਕਿੰਨੀ ਉਮਰ ਸੀ ਆਪਣੀ ਜਦੋਂ ਉਜਾੜਾ ਪਿਆ? 10 ਸਾਲ। 10 ਸਾਲ ਸਾਰਾ ਪਿੰਡ ਸਿੱਖਾਂ ਦਾ ਹੀ ਤਾਂ। ਅੱਛਾ। ਤਾਂ 50-60 ਘਰ ਸੀਗੇ ਮੁਸਲਮਾਨਾਂ ਦੇ। ਵੱਡਾ ਪਿੰਡ ਸੀ, ਬਹੁਤ ਵੱਡਾ ਪਿੰਡ ਤਾਂ। ਅੱਛਾ। ਉਹ ਹੁਣ ਦੱਸਦੇ ਆ, ਇੱਕ ਬੌਂਕੜਾਂ 'ਚ ਰਹਿੰਦਾ ਮੇਹਰ ਸਿੰਘ ਸਿੱਖ, ਉਹ ਅਰਸ਼ਦ ਦੇ ਦੱਸਦਾ ਹੁੰਦਾ ਵੀ ਉਹ ਪਿੰਡ 50 ਪਿੰਡਾਂ 'ਚੋਂ ਸੁਥਰਾ ਬਣਾ। ਮੇਹਰ ਸਿੰਘ ਬੌਂਕਰ ਗੁਜਰਾਂ ਦੇ ਵਿੱਚ ਹੈਗਾ ਆ ਸਾਡੇ ਨਾਲ ਰਾਬਤੇ ਵਿੱਚ। ਅੱਛਾ। ਆ ਉਹੀ ਬੌਂਕੜਾਂ, ਅਸਲ ਪਿੰਡ ਸਾਡਾ ਬੌਂਕੜਾਂ ਸੀ। ਅੱਛਾ। ਉੱਥੇ ਜ਼ਮੀਨ ਸੀਗੀ ਸਾਡੀ, ਦੋ ਹਿੱਸੇ ਸਾਰੇ ਪਿੰਡ ਨੂੰ, ਤੀਆ ਹਿੱਸਾ ਸਾਡੇ ਘਰ ਨੂੰ। ਉਹ ਉੱਥੇ ਹੁੰਦਾ ਤਾ ਖੜਾ ਦਬੜਾ ਸੀਰੋਂ, ਕਿਤੇ ਪਾਣੀ ਖੜਾ ਹੁੰਦਾ ਤਾ, ਕਿਤੇ ਕਲਰ ਹੁੰਦਾ ਤਾ। ਬਡਾਰੂ ਸਾਡੇ ਛੱਡ ਕੇ ਉਹ ਗਏ ਆ ਉੱਥੋਂ, ਜਿਨ੍ਹਾਂ ਦਾ ਸਾਨੂੰ ਨਾਮ ਨਹੀਂ ਆਉਂਦਾ, ਉਹ ਛੱਡ ਕੇ ਚਲੇ ਗਏ ਆ। ਉਹ ਫਿਰ ਹੁਣ ਸਾਨੂੰ ਆਈ ਕੋਈ ਨਹੀਂ, ਉੱਠਣ ਲੱਗਿਆਂ ਤਾਂ ਸਾਡੇ ਵਾਲਦ ਨੇ 20 ਬਿੱਘੇ ਮੁੱਲ ਲਈ ਸੀ ਹਿਆਦਪੁਰੇ 'ਚ, ਸਾਡੇ ਨਾਨਕਿਆਂ 'ਚ। ਤਾਂ ਉਹਦੀ ਰਜਿਸਟਰੀ ਹੋ ਗਈ, ਇੰਤਕਾਲ ਨਹੀਂ ਹੋਇਆ। ਉਹ ਫਿਰ ਜਿਨ੍ਹਾਂ ਨੇ ਰਹਿਣ ਦਿੱਤੀ ਹੋਈ ਸੀ ਨਾ ਕਿਸੇ ਨੂੰ, ਉਹਨੂੰ ਵੀ ਆ ਗਈ, ਅਤੇ ਜਿਹਨੇ ਰਹਿਣ ਲਈ ਹੋਈ ਸੀ ਉਹਨੂੰ ਵੀ ਆ ਗਈ, ਅਤੇ ਸਾਨੂੰ ਉਹ ਪੈਸੇ ਅਜਾਇਆ ਗਏ। ਉਹ ਫਿਰ ਉਜਾੜਾ ਪੈ ਗਿਆ ਨਾ? ਉਜਾੜਾ ਪੈ ਗਿਆ ਮਹੀਨਾ ਕੁ ਪਹਿਲਾਂ, ਫਿਰ 2 ਮਹੀਨੇ ਪਹਿਲਾਂ ਲਈ ਸੀ। ਰਹਿਣ ਸਹਿਣ ਠੀਕ ਸੀ ਸਾਡੇ, ਜਿਹੜੇ ਅਸੀਂ ਢਾਹੇ 'ਚ ਸੀਗੇ ਬਹੁਤ ਠੀਕ ਠਾਕ ਸੀ, ਫਸਲਾਂ ਚੰਗੀਆਂ ਹੁੰਦੀਆਂ ਸੀ। ਤਾਂ ਜਿਹੜੀਆਂ ਮਾਰੂ ਜ਼ਮੀਨਾਂ ਦੀਆਂ ਉਹਨਾਂ 'ਚ ਵੀ ਫਸਲ ਬਥੇਰੀ ਹੁੰਦੀ ਸੀ, ਜਿਹੜੀ ਖੂਹਾਂ ਦੀਆਂ ਜ਼ਮੀਨਾਂ ਦੀਆਂ ਉਹਨਾਂ 'ਚ ਵੀ ਬਥੇਰੀ ਹੁੰਦੀ ਸੀ। ਕਣਕ ਛੋਲੇ ਗੁਆਰਾ ਵਗੈਰਾ? ਨਹੀਂ ਨਹੀਂ, ਗੁਆਰਾ ਗੁਰੇ ਦਾ ਰਿਵਾਜ਼ ਨਹੀਂ ਸੀ। ਕਣਕ ਅਤੇ ਬੇਜੜ ਕਹਿੰਦੇ ਹੁੰਦੇ, ਬੇਜੜਾ ਉਹ ਬੀਜਦੇ ਹੁੰਦੇ ਸੀ ਬਹੁਤੇ। ਛੋਲੇ ਤਾਂ ਫਿਰ ਉਹ ਰੇਤਲ ਜਿਹੜੀ ਜ਼ਮੀਨ ਉਹ ਉੱਥੇ ਜ਼ਿਆਦਾ ਹੁੰਦੇ ਆ, ਉਹ ਰਲਵਾਂ ਹੀ ਬੀਜ ਦਿੰਦੇ ਤੇ ਕਣਕ ਅਤੇ ਛੋਲੇ। ਅੱਛਾ। ਆਹੋ ਠੀਕ। ਬਾਬਾ ਜੀ, ਉੱਥੇ ਜਿਹੜੇ ਸਿੱਖ ਸੀਗੇ ਉਹਨਾਂ ਦੇ ਨਾਂ ਯਾਦ ਆ, ਜਿਹੜੇ ਤੁਹਾਡੇ ਹਾਣੀ ਸੀਗੇ ਜਾਂ ਤੁਹਾਡੇ ਬਜ਼ੁਰਗਾਂ ਨਾਲ ਕਿਸੇ ਦੀ ਦੁਆ ਸਲਾਮ ਸੀਗੀ? ਹਾਂ, ਥੋੜ੍ਹਿਆਂ ਦੀ ਯਾਦ ਆ। ਦੱਸੋ। ਇੱਕ ਸੀਗਾ, ਉਹਨੂੰ ਅਸੀਂ ਤਾਇਆ ਕਹਿੰਦੇ ਹੁੰਦੇ, ਦੀਦਾਰ ਸਿੰਘ। ਅੱਛਾ।
ਉਹਦਾ ਪੁੱਤ ਸੀਗਾ, ਉਹਨੂੰ ਅਸੀਂ ਚਾਚਾ ਕਹਿੰਦੇ ਤੇ, ਤਾਂ ਉਹਦੇ ਨਾਲ ਮਹਿੰਦਰ ਸਿੰਘ। ਅੱਛਾ। ਤਾਂ ਉਹ ਸਾਡੇ ਘਰ 'ਤੇ ਦੋ ਘਰ ਛੱਡ ਕੇ ਨਾ ਵੀ ਜਾਣੀ ਉਹਨਾਂ ਦਾ ਬਾਬਾ ਦੁਆੜੇ ਜਿੰਨਾ ਡੇਰਾ ਬਣਾਇਆ ਹੋਇਆ ਸੀ ਤਾਂ ਮਕਾਨ ਪੱਕੇ ਪਾਏ ਹੋਏ ਸੀ ਉਸ ਟਾਈਮ। ਹਾਂ, ਆਪਣੀ ਸਾਂਝ ਬਸ ਜਿੱਦਾਂ ਹੁਣ ਆਪਣੇ ਗੁਆਂਢੀਆਂ ਨਾਲ ਕਿਸੇ ਨਾਲ ਸੂਤ ਹੋਵੇ ਵੀ ਮੁਹੱਬਤ ਹੋਵੇ, ਇੱਦਾਂ ਹੀ ਸੀਗੀ। ਉਹਨਾਂ ਨੇ ਸਾਡੇ ਨਾਲ ਇਹ ਚੰਗਾ ਕੰਮ ਕੀਤਾ ਮੁਹੱਬਤ ਨਾਲ ਵੀ ਜਦੋਂ ਉੱਠੇ ਹਾਂ ਨਾ, ਉਹਨਾਂ ਨੇ 12-14 ਆਏ, ਮੀਂਹ ਪਿਆ ਹੋਇਆ ਤਾਂ ਬਹੁਤ ਜ਼ਿਆਦਾ, ਸਾਡੇ ਦਰਾਮੋਹਰੇ ਜੀ ਬਲਾਲੇ ਨੂੰ ਪਾਣੀ ਜਾਂਦਾ ਤਾ ਵੀ ਜਾਣੀ ਜਿਹਨੂੰ ਨੀਵੇਂ ਥਾਂ 'ਤੇ ਜਾਂਦਾ ਹੋਵੇ। ਉਹ ਆਏ 10-12 ਸਿੱਖ ਆ ਕੇ ਚੌਂਤਰੇ 'ਤੇ ਚੜ੍ਹੀ ਜਾਣ, ਚੌਂਤਰੇ 'ਤੇ ਚੜ੍ਹੀ ਜਾਣ। ਮੈਂ ਕਿਹਾ ਮੈਂ ਵੀ ਬਾਈ ਦੇ ਨਾਲ, ਅਸੀਂ ਆਪਣੇ ਵਾਲਦ ਨੂੰ ਬਾਈ ਕਹਿੰਦੇ ਤੇ। ਤਾਂ ਉਹਨਾਂ ਨੇ ਫਿਰ ਹਾਕ ਮਾਰੀ ਸਾਡੇ ਅੱਬੇ ਨੂੰ ਵੀ ਸਾਡੀ ਗੱਲ ਸੁਣ। ਗੱਲ ਜਦ ਸੁਣਾਉਣ ਲੱਗੇ ਤਾਂ ਮੈਂ ਵੀ ਨਾਲ ਗਿਆ। ਤਾਂ ਉਹਨਾਂ ਨੇ ਕਿਹਾ ਵੀ ਤੂੰ ਅੱਜ ਐਂ ਕਰ ਲਾ ਬਖਸ਼ਾ, ਵੀ ਨਿਆਣਿਆਂ ਨੂੰ ਲੈ ਜਾ, ਵੇਟ ਛੱਡਿਆ ਇੱਧਰਲੇ ਨੂੰ ਗੁਰੂਗੜ੍ਹ ਹਿਆਦਪੁਰੇ ਵੱਲ ਨੂੰ ਨਾ ਵੇਟ ਕਹਿੰਦੇ ਹੁੰਦੇ ਸੀ। ਅੱਛਾ, ਇਹ ਗੱਲ ਕਹਿੰਦੇ ਕੀ ਸੀ, ਉਹਦਾ ਨਾਂ ਕੀ ਸੀ? ਦੀਦਾਰ ਸਿੰਘ ਅਤੇ ਮਹਿੰਦਰ ਸਿੰਘ ਪੇ ਪੁੱਤ ਸੀਗੇ। ਤਾਂ ਹੋਰ ਹੁਣ ਜਿਹੜੇ ਆਏ ਸੀ ਨਾ ਉਹਨਾਂ ਦੇ ਨਾਂ ਨੇ ਮੈਨੂੰ ਆਉਂਦੇ ਭੁੱਲ ਗਏ। ਤਾਂ ਉਹਨਾਂ ਨੇ ਕਹੀ ਵੀ ਤੂੰ ਲੈ ਜਾ ਜਿਹੜੀਆਂ ਚਮਾਰੀਆਂ ਚਮੂਰੀਆਂ ਨਾ ਘਾਹ ਘੂ ਨੂੰ ਜਾਂਦੀਆਂ ਨਾ ਪੱਠਿਆਂ ਨੂੰ ਜਾਂਦੀਆਂ, ਵੀ ਉਹਨਾਂ ਨੂੰ ਜਥੇ ਵਾਲੇ ਸਿੱਖ ਪੁੱਛਦੇ ਗਏ ਆ ਵੀ ਮੁਸਲਮਾਨਾਂ ਦੇ ਘਰ ਕਿੱਧਰ ਆ, ਵੀ ਕਿੱਧਰਲੀ ਸਾਈਡ ਆ। ਤਾਂ ਜੇ ਅਸੀਂ ਉਹ ਆ ਗਏ ਵੀ ਅਸੀਂ ਜੇ ਤੁਹਾਡੀ ਹਮਦਾਦ ਕਰਾਂਗੇ ਅਸੀਂ ਆਪਣੀ ਬਰਾਦਰੀ 'ਤੇ ਜਾਂਦੇ ਹਾਂ, ਜੇ ਅਸੀਂ ਉਹਨਾਂ ਨਾਲ ਰਲਾਂਗੇ ਤਾਂ ਆਪਾਂ ਭੈਣਾਂ ਭਾਈਆਂ ਨੂੰ ਪਹਿਲਾਂ ਤਾਂ ਵੱਸਦੇ ਹਾਂ ਇੱਥੇ, ਆਪਣਾ ਲੈਣ ਦੇਣ ਸਾਰਾ ਕੁਛ ਵੀ ਇੱਥੇ ਆਪਣਾ ਇਕੱਠਾ ਸਾਂਝਾ। ਤੂੰ ਨਿਆਣਿਆਂ ਨੂੰ ਛੱਡਿਆ ਹੈਂ, ਤਾਂ ਬਾਈ ਨੇ ਸਾਡੇ ਨੇ ਵੀ ਸਾਈਕਲ ਚੱਕਿਆ, ਸਾਈਕਲ ਚੱਕ ਕੇ ਕਮਾਲਾ ਬਿਠਾ ਲਿਆ ਇਹਦੇ 'ਤੇ ਸਾਈਕਲ 'ਤੇ। ਮੈਂ ਤੁਰ ਕੇ ਗਾਹਾਂ, ਸਾਡੇ ਪਿੰਡ 'ਚ ਦੋ ਘਰ ਰਹਿੰਦੇ ਤੇ ਪਠਾਣਾਂ ਦੇ, ਉਹਨਾਂ ਨੂੰ ਟਾਂਗੇ ਲੈਣ ਆਏ ਹੋਏ ਤੇ ਤਿੰਨ ਵੀ ਉਹਨਾਂ ਨੂੰ ਲੈਣ ਆਏ ਹੋਏ ਸੀ, ਰੌਲਾ ਜਿਉਂ ਪਿਆ ਹੋਇਆ ਸੀ। ਤਾਂ ਜਦ ਉਹ ਉੱਥੇ ਗਏ ਤਾਂ ਉਹ ਇੱਕ ਟਾਂਗੇ ਵਾਲਾ ਬਾਈ ਨੂੰ ਸੀਗਾ ਜਾਣਦਾ, ਹੈਂ, ਉਹ ਕਹਿੰਦਾ ਇਹ ਕਿੱਧਰ ਨੂੰ, ਅਖੇ ਚੱਲੇ ਅਸੀਂ ਵੇਟ ਨੂੰ। ਉਹ ਕਹਿੰਦਾ ਨਿਆਣਿਆਂ ਨੂੰ ਬਿਠਾ ਟਾਂਗੇ 'ਚ, ਆ ਸਾਈਕਲ ਫੜਾ ਮੈਨੂੰ, ਤਾਂ ਤੂੰ ਆਪਣਾ ਘਰੋਂ ਜੋ ਚੀਜ਼ ਆ ਲੈ ਆ। ਤਾਂ ਫਿਰ ਅਸੀਂ ਮਾਛੋਵਾੜੇ ਆ ਗਏ, ਮਾਛੋਵਾੜੇ ਆ ਗਏ ਤਾਂ ਸਾਡਾ ਅੱਬਾ ਫਿਰ ਮਾਛੋਵਾੜੇ ਦਿਨ ਛਿਪਦੇ ਨੂੰ ਨਾ ਰੋਜ਼ਾ ਸੀ ਪਿਛਲਾ, ਰੋਜ਼ਾ ਖੁੱਲ੍ਹਦੇ ਨੂੰ ਉਹ ਵੀ ਆ ਗਿਆ। ਫਿਰ ਉੱਥੇ ਅਸੀਂ ਮਾਛੋਵਾੜੇ ਈਦ ਪੜ੍ਹੀ, ਈਦ ਪੜ੍ਹ ਕੇ ਤਾਂ ਦੂਏ ਦਿਨ ਵੀ ਈਦ ਪੜ੍ਹ ਕੇ ਨਾ ਫਿਰ ਅਸੀਂ ਆ ਗਏ ਆਪਣੇ ਨਾਨਕੀ ਹਿਆਦਪੁਰੇ। ਹਿਆਦਪੁਰੇ ਜਦ ਆਏ ਤਾਂ ਦੋ ਦਿਨ ਰਹੇ ਹਾਂ, ਖਰਾ ਇੱਕ ਦਿਨ ਰਹੇ ਹਾਂ, ਤਾਂ ਉੱਥੋਂ ਚਲੇ ਗਏ ਹਰੀਮਾਬਾਦ। ਹਰੀਮਾਬਾਦ ਰਹੇ ਇੱਕ ਦਿਨ, ਫਿਰ ਦੋ ਦਿਨ ਉਹ ਹਰੀਮਾਬਾਦ ਵਾਲੇ ਉੱਠ ਕੇ ਦੂਏ ਪਿੰਡ ਚਲੇ ਗਏ। ਜਿਹੜੇ ਪਿੰਡ ਜਾਈਏ ਉਹ ਕਹਿਣ ਸਾਨੂੰ ਵੀ ਉਜਾੜਨ ਆਏ ਹੋ, ਉਹ ਉਹਨਾਂ ਨੇ ਪਹਿਲਾਂ ਜਾਂਦਿਆਂ ਨੂੰ ਇੱਦਾਂ ਕਹਿਣਾ। ਜਦ ਸਵੇਰ ਨੂੰ ਉੱਠ ਕੇ ਦੇਖਣਾ ਉਹ ਪਿੰਡ ਵਾਲੇ ਗਾਹਾਂ ਦੇ ਪਿੰਡ ਹੋਣ, ਹੈਂ, ਅਸੀਂ ਉੱਥੇ ਹੋਈਏ। ਤਾਂ ਅਸੀਂ ਮਗਰ ਉੱਠ ਕੇ ਅਸੀਂ ਵੀ ਫਿਰ ਦੂਏ ਪਿੰਡ ਚਲੇ ਜਾਣਾ। ਉਹਨਾਂ ਨੇ ਗਾਹਾਂ ਵਾਲਿਆਂ ਨੇ ਫਿਰ ਇੱਦਾਂ ਹੀ ਕਹਿਣਾ ਵੀ ਸਾਨੂੰ ਵੀ ਉਜਾੜਨਾ ਹੈ। ਇੱਦਾਂ ਕਰਦੇ ਕਰਦੇ ਨਾਸਰ ਅਸੀਂ ਲੁਧਿਆਣੇ ਕੰਪ 'ਚ ਆ ਗਏ ਹਾਂ। ਲੁਧਿਆਣੇ ਕੰਪ 'ਚ ਆ ਕੇ 3 ਮਹੀਨੇ ਰਹੇ ਹਾਂ। 3 ਮਹੀਨੇ ਇਹੋ ਹੀ ਕੁਛ ਹੋਇਆ ਵੀ ਗਾਫਲਾ, ਅੱਜ ਤੁਰਿਆ ਸਵੇਰੇ ਤੁਰਿਆ, ਅੱਜ ਤੁਰਿਆ ਸਵੇਰੇ ਤੁਰਿਆ, ਬਸ ਆਹ ਗੱਲਾਂ ਨਾ ਰਹੀਆਂ। ਫਿਰ ਜਿੱਦਣ ਗਾਫਲਾ ਤੁਰਿਆ ਤੇ ਉਹ
ਗੱਡੀ ਲੱਗੀ, ਅਸੀਂ ਗੱਡੀ 'ਚ ਆ ਗਏ ਹਾਂ। ਸਾਡਾ ਅੱਬਾ ਗਾਫਲੇ ਦੇ ਨਾਲ ਆਇਆ, ਉਹ ਫਿਰ ਸਾਨੂੰ ਲਾ ਤਾ ਫਿਰੋਜ਼ਪੁਰ ਦੇ ਬੂਝਿਆਂ ਜਿਹਾਂ 'ਚ। ਗੱਡਾ ਸਿੰਘ ਹੈਡ 'ਤੇ ਨਾ ਮੀਲ ਡੂਢ ਮੀਲ ਪਿੱਛੇ ਲਾ ਤਾ ਗੱਡੀ ਨੇ, ਉਹ ਲਾਇਆ ਹੋਇਆ ਤਾਂ ਟਰੱਕਾਂ ਵਾਲਿਆਂ ਨੇ, ਡਾਲਿਆਂ ਵਾਲਿਆਂ ਨੇ ਸਾਨੂੰ ਗੱਡਾ ਸਿੰਘ ਅਪੜਾ ਤਾ ਬਾਰਡਰ 'ਤੇ। ਬਾਰਡਰ ਟਪਾ ਕੇ ਨਾ ਜਾਣੀ ਪਾਕਿਸਤਾਨ ਨਾਲ ਦੇ ਪਾਸੇ ਸਾਨੂੰ ਉਹਨਾਂ ਨੇ ਲਾ ਤਾ। ਫਿਰ ਰਾਤ ਨੂੰ ਆਇਆ ਟਰੱਕ, ਟਰੱਕ ਆਇਆ, ਉਹਨਾਂ ਨੇ ਫੀ ਜੀ ਨੂੰ ਦੋ ਦੋ ਰੋਟੀਆਂ ਦਿੱਤੀਆਂ, ਉਹ ਖਾਧੀਆਂ। ਹੁਣ ਮੇਰੇ ਯਾਦ ਨਹੀਂ ਵੀ ਸਾਲਣ ਵੀ ਨਾਲ ਦਿੱਤਾ ਜਾਂ ਉਹ ਸੁੱਕੀਆਂ ਹੀ ਖਾਧੀਆਂ। ਤਾਂ ਰਾਤ ਉੱਥੇ ਕੱਟੀ ਤਾਂ ਦੂਏ ਦਿਨ ਅਸੀਂ ਆ ਗਏ ਕਸੂਰ। ਕਸੂਰ ਜਿੱਦਾਂ ਨਾ ਓਡਾਂ ਦੀਆਂ ਸਿਰਕੀਆਂ ਜਿਹੀਆਂ ਲੱਗੀਆਂ ਹੁੰਦੀਆਂ ਸੀ ਨਾ, ਇੱਦਾਂ ਮਹਾ ਲੋਹੇ ਦੀ ਚਾਦਰ ਦੀਆਂ ਨਾ ਉਹ ਬਣਾਏ ਹੋਏ ਸੀ। ਅਸੀਂ ਉੱਥੇ ਰਹੇ ਅਤੇ ਸਾਡਾ ਅੱਬਾ ਫਿਰ ਉੱਥੇ ਸਾਨੂੰ ਆ ਟੱਕਰਿਆ ਤੀਏ ਦਿਨ। ਆਹੋ, ਤਾਂ ਜਿਹਦੇ ਵਿੱਚੋਂ ਫਿਰ ਇਹਦੇ ਆਏ ਅਤੇ ਅਸੀਂ ਇੱਕ ਰਾਤ ਰਾਹ 'ਚ ਕੱਟੀ, ਦੂਏ ਦਿਨ ਅਸੀਂ ਲਾਹੌਰ ਆ ਗਏ ਬਾਰਡਰ। ਉੱਥੇ ਜਿੱਥੇ ਏਅਰਪੋਰਟ ਸੀ ਨਾ ਉੱਥੇ ਰਹੇ ਅਸੀਂ 5 ਦਿਨ। ਪੰਜ ਦਿਨ ਰਹਿ ਕੇ ਫਿਰ ਉੱਥੋਂ ਉੱਠੇ ਸ਼ੇਖੂਪੁਰ ਚਲੇ ਗਏ। ਸ਼ੇਖੂਪੁਰ ਰਹੇ ਅਸੀਂ 5 ਦਿਨ। 5 ਦਿਨ ਰਹੇ ਤਾਂ ਉੱਥੋਂ ਉੱਠੇ ਤਾਂ ਚੂੜਗਾਣੇ ਚਲੇ ਗਏ ਅਸੀਂ। ਪੁੱਠਾ ਗੇੜਾ ਦਿੱਤਾ, ਚੂੜਗਾਣੇ ਚਲੇ ਗਏ। ਉੱਥੇ ਇੱਕ ਸਾਡੇ ਅੱਬੇ ਕੋ ਚਾਹ ਪੀਂਦਾ ਹੁੰਦਾ ਤਾਂ ਬੜਾ ਜਿਹਾ, ਉਹ ਕਹਿੰਦਾ ਵੀ ਤੁਸੀਂ ਜਾਵੋ ਨਾ, ਅਤੇ ਮੇਰਾ ਖੈਰਾ ਪੁੱਤ ਖੈਰਾ ਭਤੀਜਾ ਕਿਹਾ ਉਹਨੇ ਵੀ ਤਹਿਸੀਲਦਾਰ ਆ, ਮੈਂ ਤੁਹਾਨੂੰ ਜ਼ਮੀਨ ਇੱਥੇ ਪਵਾ ਦਿੰਦਾ। ਸਾਡਾ ਅੱਬਾ ਨਹੀਂ ਰਿਹਾ ਉੱਥੇ। ਫਿਰ ਅਸੀਂ ਆ ਗਏ ਪਿੰਡੀ ਭੱਟੀਆਂ, ਪਿੰਡੀ ਦੁੱਲੇ ਭੱਟੀ ਦੇ ਰਹੀ। ਹਾਂ, ਪਿੰਡੀ ਭੱਟੀਆਂ ਆ ਗਏ ਤਾਂ ਉੱਥੇ ਫਿਰ ਇੱਕ ਬੜਾ ਜਿਹਾ ਚਾਹ ਪੀਆ ਕਰੇ ਸਾਡੇ ਅੱਬੇ ਕੋ। ਅੱਬਾ ਜੀ ਕੋਈ ਖਾਸ ਚਾਹ ਬਣਾਉਂਦੇ ਸੀਗੇ? ਹਾਂ ਹਾਂ, ਨਹੀਂ ਉਹ ਜਾਣੀ ਚਾਹ ਦੇ ਸ਼ੌਕੀਨ ਤੇ ਨਾ, ਰੋਟੀ ਬਾਟੀ ਤਾਂ ਨਹੀਂ ਪਾਉਂਦੇ? ਨਹੀਂ 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 ਨਹੀਂ, ਅੱਛਾ, ਕੋਈ ਨਹੀਂ ਪਾਉਂਦੇ ਤੇ ਜਾਂ ਭੇਡਾਂ ਦੇ ਦੁੱਧ ਹੀ ਹੋਊਗਾ? ਨਹੀਂ 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 ਨਹੀਂ, ਉਦਾਂ ਹੀ ਚਾਹ ਹੁੰਦੀ ਸੀ। ਅੱਛਾ, ਉੱਥੇ ਆ ਗਏ ਤਾਂ ਉਹ ਬੜਾ ਜਿਹਾ ਕਹਿੰਦਾ ਵੀ ਤੁਸੀਂ ਜਾਵੋ ਨਾ, ਇੱਥੇ ਰਹੋ। ਉਹਨੇ ਵੀ ਖਰਾ ਅਫਸਰ ਕਿਹੜਾ ਦੱਸਿਆ ਵੀ ਮੇਰਾ ਲਾਗੇ ਪੋਤਵਾ ਜਾਂ ਭਤੀਜਾ ਦੱਸਿਆ ਵੀ ਜਿਹੜਾ ਮਕਾਨ ਕਹੋ ਨਾ ਉਹੋ ਹੀ ਤੈਨੂੰ ਮੈਂ ਖਿਲਾ ਦਿੰਦਾ ਉਹਨੂੰ ਕਹਿ ਕੇ। ਉੱਥੇ ਵੀ ਨਹੀਂ ਫਿਰ ਰਹੇ ਅਸੀਂ। ਫਿਰ ਅਸੀਂ ਆ ਗਏ ਉੱਥੋਂ ਫੈਸਲਾਬਾਦ ਕੋ ਸਮਾਣਾ ਚੱਕਵਾ ਸਰਵੋਦੇ ਰੋਡ 'ਤੇ, ਉਸ ਪਿੰਡ 'ਚ ਆ ਗਏ। ਉੱਥੇ 5 ਦਿਨ ਰਹੇ, ਉੱਥੋਂ ਉੱਠ ਕੇ ਫਿਰ ਅਸੀਂ ਇੱਥੇ ਆਏ ਹਾਂ ਇਬਣ ਦੇ ਵਿੱਚ। ਚੱਲੇ ਸੀ ਬੇਰੀਆਂ ਵਾਲੇ ਨੂੰ ਤਾਂ ਇੱਕ ਬੰਦੇ ਨੇ ਫਿਰ ਰੋਕ ਲਿਆ ਇੱਥੇ। ਅੱਛਾ ਬਾਬਾ ਜੀ, ਜਿਹੜਾ ਤੁਸੀਂ 3 ਮਹੀਨੇ ਕੈਂਪਾਂ ਦੇ ਵਿੱਚ ਰਹੇ ਆ, ਉੱਥੇ ਖਾਣ ਪੀਣ ਦਾ ਕਿੱਦਾਂ ਸਰਦਾ ਰਿਹਾ ਆਪਣਾ? ਖਾਣ ਪੀਣ ਦਾ ਜੀ ਸਾਡੇ ਤਾਂ ਰਹੀ ਆ ਐਸ਼ ਹੀ। ਲੋਕਾਂ ਨੇ ਤੈਨੂੰ ਦੱਸਿਆ ਅੱਗੇ ਉਹ ਕਚਾਲੂ ਜੇ ਖਾ ਕੇ ਵੀ ਟਾਈਮ ਕੱਢਿਆ। ਅੱਛਾ, ਕਈਆਂ ਬੰਦਿਆਂ ਨੂੰ ਤਾਂ ਕਚਾਲੂਆਂ ਦਾ ਨਹੀਂ ਪਤਾ ਕਚਾਲੂ ਕਿਹਨੂੰ ਕਹਿੰਦੇ ਆ, ਤੁਸੀਂ ਉਹ ਦੱਸੋ ਵੀ ਇਹ ਕਿਹੜੀ ਚੀਜ਼ ਹੁੰਦੀ ਆ? ਉਹ ਜਿੱਦਾਂ ਨਾ ਅਰਬੀ ਦੀ ਫਸਲ ਹੁੰਦੀ ਆ ਨਾ, ਉੱਤੇ ਖੜੀ ਹੁੰਦੀ ਆ, ਪੱਤੇ ਲੱਗਦੇ ਆ, ਉਹ ਧਰਤੀ ਦੇ ਵਿੱਚ ਉਹ ਹੁੰਦੀ ਆ ਕਚਾਲੂ ਜੇ, ਅਤੇ ਧਰਤੀ 'ਚ ਹੁੰਦੀ ਆ ਅਰਬੀ, ਅੱਜ ਤਾਂ ਮੂੰਗਫਲੀ ਧਰਤੀ 'ਚ ਹੁੰਦੀ ਆ। ਤਾਂ ਉੱਥੇ ਰਹੇ ਹਾਂ ਇੱਕ ਚਾਲੋ, ਜਿਸ ਤਰ੍ਹਾਂ ਇੱਕ ਸ਼ਕਰਕੰਦੀ ਆ ਤੇ ਆਲੂ ਆ, ਉਹਦੀ ਦਰਮਿਆਨੀ ਜੀ ਸ਼ਕਲ ਬਣਦੀ ਆ। ਹਾਂ, ਤੇ ਉਹ ਮਤਲਬ ਸਾਨੂੰ ਕਣਕ ਲੱਜਦੀ ਰਹੀ ਆ ਉੱਥੇ। ਅੱਛਾ, ਕਣਕ ਵੀ ਲੱਜਦੀ ਰਹੀ ਆ, ਮੱਕੀ ਦਾ ਆਟਾ ਵੀ ਲੱਜਦਾ ਰਿਹਾ। ਤਾਂ ਫਿਰ ਦੇਖ ਲਾ, ਨਹੀਂ ਨਹੀਂ ਕੋਈ ਨਹੀਂ ਕੱਟੀ, ਲੰਗਰ ਪਾਣੀ ਮਿਲਦਾ ਰਿਹਾ। ਹਾਂ, ਫਿਰ ਦੇਖ ਲਾ ਇੱਥੇ ਆ ਗਏ। ਇੱਥੇ ਬਾਬਾ ਜੀ ਮਾਲ ਡੰਗਰ ਆਪਣਾ ਸਾਰਾ ਲਿਆਇਆ ਸੀ ਉੱਥੋਂ? ਹਾਂ, ਲਿਆਇਆ ਸੀ। ਅੱਛਾ, ਕੀ ਸੀ ਮਾਲ ਆਪਣੇ ਕੋਲ? ਮਾਲ ਆਪਣੇ ਕੋਲ ਸੀਗੀਆਂ ਬੱਕਰੀਆਂ, 40 ਬੱਕਰੀਆਂ ਦੀਆਂ, 40 ਬੱਕਰੀਆਂ ਦੀਆਂ, ਉਹ 40 ਉੱਥੇ ਸੂਈਆਂ ਕੰਪ 'ਚ। ਅੱਛਾ, 80 ਬਣ ਗਈਆਂ? ਨਹੀਂ ਨਹੀਂ, ਸ਼ਲਾਰੂ ਹਲਾਲ ਕਰਕੇ ਸਿੱਟੇ, ਉਹ ਸਿੱਟੇ ਇੱਦਾਂ
ਨਾ ਸਰ ਵੀ ਲੋਕ ਕਹਿੰਦੇ ਵੀ ਸਵੇਰੇ ਕੰਪ ਤੁਰ ਪੈਣਾ, ਸਵੇਰੇ ਕੰਪ ਤੁਰ ਪੈਣਾ, ਹੈਂ ਵੀ ਫਿਰ ਇਹਨਾਂ ਨੂੰ ਕਿੱਥੇ ਚੱਕੀ ਫਿਰਾਂਗੇ, ਦੁੱਧ ਫਿਰ ਉਹ ਰੁਪਈਏ ਸਿਰ ਵਿਕਦਾ ਤਾ ਅਤੇ ਜਦ ਉੱਥੇ ਪਿੰਡ ਬੈਠੇ ਤੇ ਜਦ 6-7 ਆਨੇ ਸਿਰ ਵਿਕਦਾ ਤਾ ਉੱਥੇ ਰੁਪਈਏ ਸਿਰ ਵਿਕਦਾ ਰਿਹਾ। ਬਾਬਾ ਜੀ ਇਹਦਾ ਮਤਲਬ ਉਦੋਂ ਵੀ ਲੋਕ ਮਜ਼ਬੂਰੀ ਦਾ ਫਾਇਦਾ ਚੱਕਦੇ ਸੀਗੇ, ਯਾਨੀ ਜਦੋਂ ਜਿਸ ਚੀਜ਼ ਦੀ ਕਮੀ ਹੋ ਜਾਂਦੀ ਸੀ ਉਹਦਾ ਰੇਟ ਵਧਾ ਦਿੰਦੇ ਸੀਗੇ। ਹਾਂ ਠੀਕ ਹੈ। ਕਣਕ ਵੀ ਕਹਿੰਦੇ ਬੜੀ ਬੜੀ ਮਹਿੰਗੀ ਮਿਲਦੀ ਰਹੀ ਹੈ, ਮਹਿੰਗੀ ਰੁਪਈਏ ਸਿਰ ਆਟਾ, ਰੁਪਈਏ ਸਿਰ ਉਹ ਦੂਆ ਮੱਕੀ ਦਾ ਆਟਾ। ਉਦੋਂ ਮੱਝ ਕਿੰਨੇ ਦੀ ਮਿਲ ਜਾਂਦੀ ਸੀ? ਮੱਝ ਚੰਗੀ ਸੱਜਣ ਸੋਈ ਮੱਝ ਮੇਰਾ ਖਿਆਲ 300-400 ਦੀ ਮਿਲ ਜਾਂਦੀ ਸੀ। ਅੱਛਾ ਫਿਰ ਤੁਸੀਂ ਇੱਥੇ ਇਬਣ ਆ ਗਏ? ਇਬਣ ਆ ਗਏ ਅਸੀਂ। ਫਿਰ ਇੱਥੇ ਆ ਕੇ ਲੋਕਾਂ ਨੇ ਬਹੁਤਿਆਂ ਨੇ ਨਾ ਪਿਆਜ਼ੀ ਵੀ ਦਾਣਿਆਂ 'ਚ ਰਲਾ ਕੇ ਖਾਧੀ ਆ। ਸਾਨੂੰ ਇੱਥੇ ਵੀ ਰੱਬ ਨੇ ਨਾ, ਸਾਡਾ ਮਾਮਾ ਸੀ ਫੌਜੀ, ਉਹਦੀ ਫੌਜ 'ਚ ਲੱਤ ਕੱਟੀ ਹੋਈ ਸੀ ਉਹਨੇ, ਅਤੇ ਸਾਡੇ ਫੁੱਫੜ ਨੇ ਨੂਰੇ ਨੇ ਭਲੇਰ 'ਚ ਰਹਿੰਦਾ ਤਾ, ਪਹਿਲਾਂ ਇੱਥੇ ਸੀ। ਇਹਨਾਂ ਨੇ ਉਹ ਇੱਕ ਖੋਤੀ ਲੈ ਕੇ ਜਾਣੀ ਜੰਗੜੀਆਂ ਦੇ ਪਿੰਡਾਂ 'ਚੋਂ ਬੋਰੀ ਦਾਣਿਆਂ ਦੀ ਲੈ ਆਉਣੀ, 2-3 ਫੇਰੀ ਲਿਆਉਂਦੀ ਸਾਡਾ। ਫਿਰ ਇੱਥੇ ਜਾਨੂੰ ਕਣਕਾਂ ਆ ਗਈਆਂ ਦੁਬਾਰਾ, ਸਿੱਖਾਂ ਦੀਆਂ ਬੀਜੀਆਂ ਹੋਈਆਂ ਕਣਕਾਂ, ਫਿਰ ਮੁਸਲਮਾਨਾਂ ਨੇ ਆਪ ਬੀਜੀਆਂ ਆ ਕੇ, ਆਪ ਬੀਜੀਆਂ ਆ ਕੇ ਉੱਥੋਂ ਭਾਦੋਂ 'ਚ ਉੱਠੇ ਹਾਂ ਅਸੀਂ। ਭਾਦੋਂ ਮੱਕੀਆਂ ਦਾ ਟਾਈਮ ਸੀ? ਆਹੋ ਤਾਂ ਆਪ ਬੀਜੀਆਂ। ਅੱਛਾ ਹਾਂ। ਅੱਛਾ ਇੱਥੇ ਪਿੰਡ ਦੇ ਵਿੱਚ ਜਦੋਂ ਅਸੀਂ, ਪਿੰਡ ਬਿਲਕੁਲ ਖਾਲੀ ਸੀ ਜਾਂ ਆ ਗਏ ਸੀ ਹੋਰ ਵੀ ਲੋਕ? ਲੋਕ ਆ ਗਏ ਸੀ। ਅੱਛਾ ਸਾਤੇ ਪਹਿਲਾਂ ਮੇਰਾ ਖਿਆਲ ਆ ਖਰਾ ਅੰਮ੍ਰਿਤਸਰ ਵਾਲ ਜੀ ਖਰਾ ਕਿੱਧਰ ਜੀ ਨਾ ਗੱਡੀ ਆਈ ਆ ਪਹਿਲਾਂ, ਅਸੀਂ ਛੇਕੜੋਂ ਆਏ ਹਾਂ। ਫਿਰ ਸਾਨੂੰ ਆ ਜਿਹੜਾ ਦਿਨ ਮੈਂ ਦੱਸ ਗਏ ਟਿਆਂ ਟਾਈਮ, ਉੱਥੋਂ ਗੰਡਾ ਸਿੰਘ 'ਤੇ ਜਦ ਤੁਰ ਕੇ ਲਾਹੌਰ ਆਏ, ਫਿਰ ਸ਼ੇਖੂਪੁਰ ਗਏ, ਲਾਹੌਰ ਰਹੇ ਘੁੰਮਦੇ, ਫਿਰ ਸਾਨੂੰ ਤਾਂ ਉਹ ਵੀ ਮਹੀਨਾ ਡੂਢ ਮਹੀਨਾ ਲੱਗ ਗਿਆ, 2 ਮਹੀਨੇ। ਮਤਲਬ ਗੱਲ ਕਰਨ ਦਾ ਵੀ ਜਦੋਂ ਆਪਾਂ ਇਸ ਪਿੰਡ 'ਚ ਆਏ ਹਾਂ ਉਦੋਂ ਕੋਈ ਵੀ ਚੀਜ਼ ਦੇਖਣ ਨੂੰ ਮਿਲੀ, ਸਾਰੇ ਲੋਕਾਂ ਨੇ ਮੱਲ ਮਾਰ ਲਈ, ਜੇ ਕੋਈ ਸਿੱਖ ਛੱਡ ਕੇ ਵੀ ਗਏ ਸੀ ਤਾਂ। ਹਾਂ ਹਾਂ ਹਾਂ। ਅੱਛਾ। ਇੱਕ ਸਾਡਾ ਇੱਥੇ ਨੌਕਰ ਸੀ, ਹਾਂ ਪਿੱਛੇ ਜੇ ਹੋ ਗਏ 3-4 ਮਹੀਨੇ, ਉਹ ਇੱਕ ਦਿਨ ਉਹਨੇ ਗੱਲ ਕੀਤੀ ਵੀ ਲੋਟੀਆਂ ਦੇ ਟਾਈਮ ਅਖੇ ਫਲਾਨੀ ਗੱਲ ਆਏ ਹਾਂ ਫਲਾਨੀ ਆਏ ਹਾਂ। ਮੈਂ ਉਹਨੂੰ ਕਿਹਾ, ਮੈਂ ਤੇਰੀ ਮਾਂ ਨੂੰ ਕੁੱਤੇ ਲੈ ਜਾਣ ਤੇਰੀ ਨੂੰ ਵੀ ਸਾਨੂੰ ਵਿਵਸਥਾ ਪਈ ਸੀ, ਤੂੰ ਲੋਟੀਆਂ ਦਾ ਚਾਅ ਕਰਦਾ ਵੀ ਲੋਟੀਆਂ ਕੀਤੀਆਂ ਤੁਸੀਂ? ਮੈਂ ਉਹਨੂੰ 2-3 ਗਾਲਾਂ ਕੱਢੀਆਂ, ਕਹਿੰਦਾ ਅੱਜ ਤਾਂ ਨਹੀਂ ਕਹੂੰਗਾ। ਬਾਬਾ ਜਿਹੜੇ ਜੰਗਲੀ ਲੋਕ ਸੀ ਨਾ ਲੋਕਲ, ਇਹ ਲੋਟੀ ਕਹਿੰਦੇ ਆ, ਇਹ ਲੋਟੀ ਦਾ ਸਾਲ ਕਹਿੰਦੇ ਸੀ, ਇਹ ਲੋਟੀਆਂ ਦਾ ਟਾਈਮ ਕਹਿੰਦੇ ਆ। ਇੱਥੇ ਜਿੰਨੇ ਵੀ ਲੋਕਲ ਸੀ, ਚਾਹੇ ਉਹ ਜਾਂਗਲੀ ਸੀਗੇ, ਚਾਹੇ ਆਪਣੇ ਬਰਾਦਰੀ ਦੇ ਸੀ, ਚਾਹੇ ਕਿਸੇ ਹੋਰ ਬਰਾਦਰੀ ਦੇ ਸੀਗੇ, ਉਹਨਾਂ ਨੇ ਤਾਂ ਜ਼ਾਹਰ ਆ ਇੱਕ ਛੱਡਿਆ ਮਾਲ ਆ, ਕੁਦਰਤੀ ਬਾਤ ਆ, ਉਹਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ, ਕਿਸੇ ਨੇ ਤਾਂ ਚੱਕਣਾ ਹੀ ਆ ਨਾ ਜੀ। ਇੱਦਾਂ ਰੋਟੀ ਨੂੰ ਤਾਂ ਚਲੋ ਲੋਟੀ ਕਹਿ ਲਓ ਵੀ, ਚੋਰੀ ਤਾਂ ਨਹੀਂ ਕੀਤਾ ਸੀ, ਲੇਕਿਨ ਇਹ ਆ ਕਿ ਇੱਕ ਲਾਵਾਰਸ ਚੀਜ਼ ਸੀਗੀ, ਉਹ ਫਿਰ ਉਹਨਾਂ ਨੇ ਆਪਣੀ ਮੱਲ ਮਾਰ ਲਈ। ਉੱਧਰੋਂ ਆਏ ਹਾਂ ਅਸੀਂ ਪਨਾਹਗੀਰ ਕਹਿਣ ਲੱਗ ਗਏ, ਆਪ ਕਹਿਣ ਅਸੀਂ ਮਾਜਰ ਹਾਂ, ਖਰਾ ਮਾਜਰ ਕਹਿੰਦੇ ਇਹ ਨਹੀਂ, ਮਾਜਰ ਤੇ ਆਪਾਂ ਨੂੰ ਕਹਿੰਦੇ ਆ, ਮਾਜਰ ਆਪਾਂ ਨੂੰ ਕਹਿੰਦੇ ਜਿਹੜੇ ਆਏ ਉਜੜ ਕੇ, ਆਪਣੇ ਆਪ ਨੂੰ ਤਾਂ ਇੱਥੇ ਤਾਂ ਵਸਨੀਕ ਕਹਿੰਦੇ ਆ ਨਾ। ਹਾਂ ਲੋਕਲ ਹਾਂ। ਬਾਬਾ ਜੀ ਆਪਾਂ ਨੂੰ ਉੱਥੇ ਆ ਕੇ ਪਤਾ ਲੱਗਾ ਇਬਣ ਵਿੱਚ ਵੀ ਕਿਹੜਾ ਸਿੱਖ ਸਰਦਾਰ ਸੀ ਜਾਂ ਕੋਈ ਹਿੰਦੂ ਸੀ ਜਿਹਦਾ ਬੜਾ ਨਾਂ ਹੋਵੇ, ਜਿਹਦਾ ਬੜਾ ਹਾਤਾ ਛੱਡ ਕੇ ਗਏ ਹੋਵੇ ਇੱਥੇ? ਨਹੀਂ ਉਹ ਨਹੀਂ ਪਤਾ, ਕੋਈ ਨਹੀਂ ਪਤਾ ਹੈਗਾ, ਨਹੀਂ ਕੋਈ ਹਾਤਾ ਮਨਸੂਬ ਨਹੀਂ ਸੀ ਕਿਸੇ ਦੇ ਨਾਂ 'ਤੇ, ਜਿੱਦਾਂ ਕਹਿੰਦੇ ਫਲਾਨੇ ਸਰਦਾਰ ਵਾਲੀ ਸਾਈਡ ਆ, ਜਿੱਦਾਂ ਆਪਾਂ ਬਾਹਮਣਾ ਦਾ ਹਾਤਾ ਕਹਿ ਦਈਦਾ, ਜਾਂ ਇੱਦਾਂ ਕੋਈ ਨਾਂ ਲੱਗਾ ਹੁੰਦਾ ਨਾ। ਇੱਥੇ ਬਣੀ ਹੁੰਦੀ ਆ ਗੁਰਦੁਆਰੇ 2 ਸੀ, 3 ਸੀ ਬਲਕਿ। ਅੱਛਾ। ਇੱਕ ਤਾਂ ਸੀਗਾ ਇੱਥੇ ਇੱਕ ਚੂੜਿਆਂ ਦਾ। ਅੱਛਾ। ਤਾਂ ਇੱਕ ਸੀਗਾ ਪਰੇ ਉਦੋਂ ਜਾਣੀ ਕੱਚਾ ਹੀ ਗੁਰਦੁਆਰਾ ਨਾ ਸਿੱਖਾਂ ਦਾ, ਉੱਧਰਲਾ ਗੁਰਦੁਆਰਾ ਸੀਗਾ ਪੱਕਾ। ਇਹ ਪਿੰਡ ਹੈਗਾ ਅੱਧਾ ਹੈਗਾ ਇਬਣ, ਅੱਧਾ ਹੈਗਾ ਨੰਗਲਾਂ। ਅੱਛਾ। 2 ਪਿੰਡਾਂ ਦੇ ਇੱਥੇ ਰਹਿੰਦੇ ਤੇ ਅੱਧਾ ਨੰਗਲ ਬੋਲਦੇ ਤੇ ਅੱਧੇ ਇਬਣ ਬੋਲਦੀ ਸੀ। ਇਹ ਕੀ ਵਜ੍ਹਾ 2 ਪਿੰਡ ਮਤਲਬ ਆਬਾਦੀ ਇੱਕੋ ਹੀ? 2 ਪਿੰਡਾਂ ਦੇ ਆਏ ਹੋਣੇ ਆ, ਉਹਨਾਂ ਨੇ ਆਪਣੇ ਨਾਂ ਰੱਖ ਲਏ। ਹਾਂ ਬਾਬਾ ਜੀ ਇਸ ਪਿੰਡ ਵਿੱਚ ਹੁਣ ਮੌਜੂਦਾ
ਕਿਹੜੇ ਕਿਹੜੇ ਜ਼ਿਲ੍ਹਿਆਂ 'ਚੋਂ ਆ ਕੇ ਲੋਕ ਬੈਠੇ ਆ? ਇਸ ਪਿੰਡ ਦੇ ਵਿੱਚ ਇੱਕ ਤਾਂ ਬੈਠੇ ਲੁਧਿਆਣੇ ਦੇ, ਬਾਕੀ ਫਿਰੋਜ਼ਪੁਰ ਦੇ, ਜਲੰਧਰ ਦੇ, ਹੁਸ਼ਿਆਰਪੁਰ ਦੇ, ਗੁਰਦਾਸਪੁਰੀਆ ਸਾਡੇ ਇੱਥੇ ਪਿੰਡ 'ਚ ਕੋਈ ਨਹੀਂ ਹੈਗਾ, ਨਾ ਕੋਈ ਅੰਮ੍ਰਿਤਸਰੀਏ ਜਿਹੜੇ ਆ ਜਿਹੜੇ ਕਮੀ ਆ ਨਾ ਪਹਿਲਾਂ ਦੇ ਮਿਸ਼ਨ ਦੇ, ਉਹ ਕਮੀ ਅੰਮ੍ਰਿਤਸਰ ਦੇ ਹੈਗੇ ਆ। ਉਹ ਜਦੋਂ ਆਬਾਦਕਾਰੀ ਹੋਈ ਹੋਣੀ ਉਦੋਂ ਦੇ ਆਏ ਆ? ਆਹੋ ਉਦੋਂ ਦੇ ਆਏ ਆ, ਉਹਨਾਂ ਦੇ ਮਾਂ ਬਾਪ ਆਏ ਹੋਣੇ ਆ, ਹੋਰ ਆਏ ਹੋਣੇ। ਹਾਂ, ਇੱਕ ਬੁੜੀ ਜੀ ਹੁੰਦੀ ਸੀ ਤੇਲੀਆਂ ਦੀ, ਉਹ ਕਹਿੰਦੀ ਹੁੰਦੀ ਸੀ ਵੀ ਮੈਂ ਚੁੱਲ੍ਹੇ ਵਾਲੀ ਆ ਜਿਹੜੀ ਨਹਿਰ ਆ ਨਾ ਜਾਂਦੀ, ਅਸੀਂ ਚੁੱਲ੍ਹੇ ਵਾਲੀ ਕਹਿੰਦੇ ਹਾਂ, ਉੱਥੋਂ ਪਾਣੀ ਵੀ ਲਿਆਉਂਦੀ ਰਹੀ ਆ, ਉਹ ਕਹਿੰਦੀ ਰਹੀ ਆ। ਬੜਾ ਸਫ਼ਰ ਬਣ ਜਾਂਦਾ। ਹਾਂ, ਉਹ ਕਹਿੰਦੀ ਸਾਡੇ ਦੇਖਦਿਆਂ ਤਾਂ ਇਹ ਨਹਿਰਾਂ ਚੱਲੀਆਂ। ਬਾਬਾ ਜੀ, ਸਾਨੂੰ ਪਤਾ ਲੱਗਾ ਕਿ ਤੁਹਾਡੇ ਉੱਥੇ ਰਿਸ਼ਤੇਦਾਰ ਜਿਹੜੇ ਆ ਇੰਡੀਆ ਦੇ ਵਿੱਚ ਹਲੇ ਵੀ ਹੈਗੇ ਆ, ਉਹਨਾਂ ਦੇ ਬਾਰੇ ਦੱਸੋ। ਉਹਨਾਂ ਦੇ ਬਾਰੇ ਜੀ, ਚਾਚਾ ਬਲੀ ਸੀ, ਚਾਚਾ ਰਾਣਾ ਸੀ, ਬਾਬਾ ਫੌਜਾ ਸੀ, ਅਤੇ ਜਿਹਦੇ ਵਿੱਚੋਂ ਇੱਕ ਸੀਗਾ ਸਾਡਾ ਤਾਇਆ, ਸਾਡੇ ਬਾਪ ਦਾ ਸਕਾ ਭਾਈ ਕੋਈ ਨਹੀਂ ਸੀ, ਤਾਂ ਉਹਦੇ ਨਾਂ ਸੀਗਾ ਮਾਮਦੀਨ, ਕਹਿੰਦੇ ਮਾਣਾ ਸੀ, ਇੱਕ ਦੇ ਨਾਂ ਗੁਲਾਮ ਨਬੀ ਸੀ, ਉਹਨੂੰ ਕਹਿੰਦੇ ਰਾਂਡੂ ਰਾਂਡੂ। ਤਾਂ ਜਿਹੜੀ ਸਾਡੀ ਚਾਚੀ ਸੀ ਨਾ ਰਾਂਡੂ ਦੇ ਘਰ, ਉਹ ਸੀਗੀ ਸਾਹਨਿਆਲ ਦੀ, ਉਹ ਉਹਦੇ ਇੱਕੋ ਹੀ ਧੀ ਸੀ, ਤਾਂ ਮਾਵਾਂ ਧੀਆਂ ਉਹ ਸਾਹਨਿਆਲ ਆ ਗਈਆਂ ਦੇ ਰੌਲੇ 'ਤੇ ਪਹਿਲਾਂ, ਉੱਦਾਂ ਹੀ ਮਿਲਣੇ ਆ ਗਈਆਂ ਸੀ ਵੀ ਜਿੱਦਾਂ ਆਪਣੇ ਰਿਸ਼ਤੇਦਾਰਾਂ ਦੇ ਗਏ ਹੋਈਏ, ਜਾਨੂੰ ਰੌਲਾ ਪੈ ਗਿਆ ਉਹ ਉੱਥੇ ਹੀ ਰਹਿ ਗਈਆਂ ਅਤੇ ਉੱਥੋਂ ਕੰਮ ਪਜਾ ਗਈਆਂ। ਜਿਹੜਾ ਸਾਡਾ ਚਾਚਾ ਸੀ ਨਾ ਗੁਲਾਮ ਨਬੀ, ਉਹ ਵੀ ਅਮਨ ਹੋਏ ਅਤੇ ਨਾ ਆਇਆ ਉੱਥੇ ਕੰਪ 'ਚ ਵੀ ਮੈਂ ਉਹਨਾਂ ਨੂੰ ਲੈ ਆਵਾਂ ਇੱਥੇ ਨੂੰ, ਉਹ ਉਹਨਾਂ ਨੇ ਦੱਸਤਾ ਕਿਸੇ ਫੌਜੀਆਂ ਨੂੰ ਜਾਂ ਕਿਸੇ ਨੂੰ ਦੱਸਤਾ, ਉਹ ਫਿਰ ਜਾਣ ਨਹੀਂ ਦਿੱਤਾ, ਉਹ ਵੀ ਇੱਧਰ ਆ ਗਿਆ। ਜਿਹੜਾ ਤਾਇਆ ਮਾਮਦੀਨ ਤਾਂ ਮਾਣਾ ਕਹਿੰਦੇ ਤੇ, ਉਹ ਇੱਧਰੋਂ ਫੌਜ ਗਈ ਟਰੱਕ ਲੈ ਕੇ, ਉਹ ਪੁੱਛਦੇ ਤੇ ਵੀ ਮੁਸਲਮਾਨ ਜਿਹੜੇ ਰਹੇ ਆ ਉਹ ਦੱਸੋ, ਉਹਨਾਂ ਦੇ ਜੀਆਂ ਨੂੰ ਸਾਰਿਆਂ ਨੂੰ ਨਾ ਧੱਕੇ ਨਾਲ ਟਰੱਕ 'ਚ ਪਾ ਕੇ ਚੱਕ ਲਿਆਂਦਾ ਅਤੇ ਇੱਧਰ ਲੈ ਆਉਂਦੇ। ਫਿਰ ਰਾਣਾ ਅਤੇ ਬਲੀ ਜਿਹੜੇ ਸੀ ਨਾ ਅਤੇ ਬਾਬਾ ਫੌਜਾ, ਉਹ ਉੱਥੇ ਰਹਿ ਗਏ, ਬਾਕੀ ਆ ਗਏ ਸੀ। ਉਹਨਾਂ ਦਾ ਕੋਈ ਬਾਅਦ 'ਚ ਤਾਂ ਪਤਾ ਨਹੀਂ ਲੱਗਾ ਵੀ ਰਾਬਤਾ ਨਹੀਂ ਹੋਇਆ? ਰਾਬਤਾ ਇੱਕ ਵਾਰੀ ਚਾਚਾ ਬਲੀ ਆਇਆ ਸੀ, ਇੱਕ ਵਾਰੀ ਉਹਦਾ ਮੁੰਡਾ ਆਇਆ ਸੀ, ਉਹਦੇ ਨਾਲ ਬੂਟਾ ਸੀ। ਅੱਛਾ, ਹਾਂ। ਉਹ ਕਿਹੜੇ ਪਿੰਡ 'ਚ ਬੈਠੇ ਆ? ਮਾਦਪੁਰ 'ਚ, ਜਿੱਥੋਂ ਤੁਸੀਂ ਆਏ ਆ। ਜਿੱਥੋਂ ਅਸੀਂ ਆਏ ਹਾਂ, ਅਜੇ ਵੀ ਬੈਠੇ ਆ। ਉਹਨਾਂ ਦੀ ਨਸਲ ਹੈਗੀ ਆ? ਨਸਲ ਹੈਗੀ ਆ, ਚਾਚਾ ਬਲੀ ਅਤੇ ਰਾਣਾ ਅਤੇ ਉਹ ਮਰ ਗਏ ਸੀ। ਉਹ ਮੁਸਲਮਾਨੀ ਵਿੱਚ ਹੀ ਆ? ਹਾਂ, ਮੁਸਲਮਾਨੀ ਵਿੱਚ। ਉਹਨਾਂ ਨੂੰ ਇਹ ਜਿਹੜੇ ਸਿੱਖ ਆ ਨਾ ਦਿੱਲੀ ਦੇ ਉਰੇ ਉਰੇ, ਇਹਨਾਂ ਨੇ ਮਾਰ ਵੱਢ ਇਹਨਾਂ ਨੇ ਕੀਤੀ ਆ, ਪਿੱਛੋਂ ਹੁਣ ਜਿਹੜੇ ਇੱਧਰ ਮੁਸਲਮਾਨ ਬੈਠੇ ਆ ਉਹਨਾਂ ਨੂੰ ਤੰਗੀ ਨਹੀਂ ਉਹਨੀ ਜਿੰਨੀ ਕੁ ਦਿੱਲੀ ਅਤੇ ਪਰੇ ਹਿੰਦੂਆਂ ਨੇ ਤੰਗੀ ਦਿੱਤੀ ਆ ਮੁਸਲਮਾਨਾਂ ਨੂੰ। ਇਹ ਹੁਣ ਸਿੱਖ ਤਾਂ ਕਹਿੰਦੇ ਆ ਵੀ ਅਸੀਂ ਬੁਰਾ ਕੀਤਾ, ਵੀ ਲੜੇ ਅਸੀਂ, ਸਾਨੂੰ ਅਫਗਾਨਿਸਤਾਨ ਬਣਾਉਣ ਨੂੰ ਕਹਿੰਦੇ ਆ ਕਿ ਖਾਲਿਸਤਾਨ, ਵੀ ਮਿਲਿਆ ਸਾਨੂੰ ਕੁਛ ਨਹੀਂ। ਸਮਾਂ ਗਏ ਉਹ ਹਿੰਦੂ ਇਹਨਾਂ ਨੂੰ ਸਿੱਖਾਂ ਨੂੰ ਵੀ ਤੰਗ ਕਰਦੇ ਆ। ਹਾਂ, ਗੱਲ ਆ ਜੀ। ਉਹ ਤਾਂ ਬਾਬਾ ਜੀ ਜਿੱਥੇ ਜਿਹੜੇ ਜਿਨ੍ਹਾਂ ਦੀ ਤਾਦਾਦ ਜ਼ਿਆਦਾ ਆ ਉਹਨਾਂ ਨੇ ਅਕਲੀਅਤ ਨੂੰ ਤੰਗ ਹੀ ਕਰਨਾ ਹੁੰਦਾ। ਆਪਣੇ ਵੀ ਇੱਥੇ ਮੁਸਲਮਾਨਾਂ ਦੇ ਏਰੀਏ ਵਿੱਚ ਅਗਰ ਕੋਈ ਸਾਈਆਂ ਦੇ ਘਰ ਆ, ਆਪਾਂ ਕਿੱਥੇ ਸਿਰ ਚੱਕਣ ਦਿੰਦੇ ਹਾਂ? ਜੇ ਸੱਚੀ ਸੋਚਿਆ ਜਾਵੇ ਆਪਾਂ ਉਹਨਾਂ ਨੂੰ ਸਿਰ ਚੱਕਣ ਦਿੰਦੇ ਹਾਂ, ਦਬਾ ਕੇ ਰੱਖਦਾ ਨਾ। ਇਹ ਅਕਲੀਅਤ ਜਿੱਥੇ ਜਿੱਥੇ ਵੀ ਬੈਠੀ ਹੈ ਨਾ, ਚਾਹੇ ਉਹ ਮੁਸਲਮਾਨਾਂ ਦੀ ਆ, ਹਿੰਦੂਆਂ ਦੀ ਆ, ਸਿੱਖਾਂ ਦੀ ਆ, ਸਾਈਆਂ ਦੀ ਆ, ਉਹ ਵਿਚਾਰੇ ਦਬਾਓ 'ਚ ਹੀ ਆ। ਅਕਸਰੀਅਤ ਜਿਹੜੀ ਹੁੰਦੀ ਉਹਦਾ ਗੁਜ਼ਾਰਾ, ਜੇ ਕਹਿੰਦੇ ਨੇ ਜਿਹਦੀ ਲਾਠੀ ਉਹਦੀ ਮੱਝ, ਜਿਸਕੀ ਲਾਠੀ ਉਸਕੀ ਭੈਂਸ, ਇਹੋ ਜਿਹੇ ਤਾਂ ਕਾਨੂੰਨ ਚੱਲਦੇ ਆਪਣੇ ਤੇ। ਬਾਕੀ ਰਹੀ ਗੱਲ ਇਹ ਬਾਜੇ ਬਾਜੇ ਧੱਕੇ ਕਰਦੇ ਆ ਅਤੇ ਜਾਸੀਆਂ ਕਰਦੇ ਆ, ਫਿਰ ਉਹਨਾਂ 'ਤੇ ਵੀ ਵਕਤ ਆ ਜਾਂਦਾ। ਇੱਕ ਸਾਡੇ ਪਿੰਡ ਰਾਮ ਸਿੰਘ ਸਿੱਖ ਸੀਗਾ, ਉਹਦਾ ਟੋਲਾ ਭਾਰਾ ਸੀ, ਵੀ ਉਹ ਸਿੱਖ ਸੂਰ ਫਿੱਟਿਆ ਦਾ ਬਹੁਤ ਮੋਟਾ ਦਾ ਮੈਂ ਆਪ ਦੇਖਿਆ, ਰੱਸਾ ਵੀ ਖਿੱਚਦੇ ਹੁੰਦੇ, ਜਿੱਧਰ ਉਹ ਵਿੰਡੀ ਜੁੜਦਾ ਹੁੰਦਾ ਤਾਂ ਉਹਨੇ ਖਿੱਚ ਕੇ ਲੈ ਜਾਂਦਾ ਤਾ, ਮੈਂ 15 ਵੀਹਾਂ ਨੇ ਇੱਧਰ ਨੂੰ ਰੱਸਾ ਖਿੱਚਣਾ, 15 ਵੀਹਾਂ ਨੇ ਐਨੂੰ ਖਿੱਚਣਾ, ਉਹ ਜਿੱਧਰ ਜੁੜ ਜਾਵੇ ਉਹ ਲੈ ਜਾਂਦਾ ਤਾ।
ਉਹਨੇ ਜਿਹੜਾ ਮੁੰਡਾ ਪਿੰਡ ਚੋਂ ਉੱਠੇ ਚੰਗਾ ਵੀ ਤੂੰ ਤੜਾਏ ਕਰੇ ਉਹਦੇ ਚਾਰ ਥੱਪੜ ਮਾਰਨੇ ਉਹ ਥੱਲੇ ਲਾ ਦੇਣਾ ਬੋਲਣਾ ਹੀ ਦੇਣਾ ਵੀ ਜਿਹੜਾ ਤਖੜਾ ਤਖੜੇ ਸਿੱਖਾਂ ਦਾ ਹੋਵੇ ਤਾਂ ਮਾੜੇ ਨਹੀਂ ਸੀ ਕੁਛ ਕਹਿੰਦਾ ਉਹ ਫਿਰ ਉਹਨਾਂ ਦੇ ਨਾਨਕੇ ਸੀਗੇ ਇੱਕ ਯੋਧਾ ਇੱਕ ਭਜੂ ਇੱਕ ਬੰਤਾ ਭਜੂ ਔਰ ਯੋਧਾ ਸੀਗੇ ਦੋਵੇਂ ਭਾਈ ਸਕੇ ਤਾਂ ਬੰਤਾ ਸੀਗਾ ਉਹਨਾਂ ਦੇ ਚਾਚੇ ਦਾ ਪੁੱਤ ਉਹਨਾਂ ਦੇ ਨਾਨਕੇ ਸੀਗੇ ਮਾਨਗੜ੍ਹ ਕੁਹਾੜੇ ਆ ਜਿੱਥੇ ਦੇ ਬਖੀਰੀ ਹੋਣੀ ਆ ਆਹੋ ਉੱਥੇ ਆ ਕੇ ਉਹਨਾਂ ਦਾ ਮਾਮਾ ਕੁੱਟਿਆ ਉਹਨੇ ਉਹ ਰਾਮ ਸਿੰਘ ਨੇ ਜਿਹੜਾ ਉਹਨਾਂ 'ਚ ਭਲਾ ਮਾਨਸ ਸੀ ਭਜੂ ਜ਼ਿਮੀਂਦਾਰੂ ਦੂਏ ਤਾਂ ਸੀਗੇ ਸ਼ੌਕੀਨ ਉਹਨੇ ਕਿਹਾ ਆਪਣੇ ਭਾਈਆਂ ਨੂੰ ਵੀ ਹੁਣ ਆਪਣਾ ਅਖੇ ਜੀਣਾ ਕੋਈ ਨਹੀਂ ਇਹਦੇ ਨਾਲ ਮਰ ਜਾਓ ਅਖੇ ਇਹਨੇ ਜਾ ਕੇ ਸਾਡਾ ਮਾਮਾ ਉੱਥੇ ਵੀ ਕੁੱਟਤਾ ਉਹ ਜੀ ਫਿਰ ਦੋ ਜਣੇ ਇੱਕ ਪਾਸੇ ਛੱਪੜਤਾ ਇੱਕ ਪਾਸੇ ਘਰ 'ਤੇ ਉਹ ਦੋ ਜਣੇ ਇੱਕ ਪਾਸਿਓਂ ਆਏ ਉਹ ਲੁਹਾਰਾਂ ਦੇ ਨਾ ਤਖਾਣਾਂ ਦੇ ਤਖਾਣ ਵੀ ਕਹਿੰਦੇ ਹੁੰਦੇ ਤੇ ਲੁਹਾਰ ਵੀ ਕਹਿੰਦੇ ਹੁੰਦੇ ਤੇ ਜਿਹੜੇ ਲੱਕੜੀ ਦਾ ਕੰਮ ਕਰਦੇ ਇਹਨੂੰ ਤਖਾਣ ਕਹਿੰਦੇ ਆ ਰਾਮਗੜੀਏ ਵੀ ਕਹਿ ਲੈਂਦੇ ਆ ਨਹੀਂ ਨਹੀਂ ਰਾਮਗੜੀਏ ਨਹੀਂ ਵੀ ਜਿਹੜੇ ਆ ਲੁਹਾਰ ਲਹੂਰ ਨਾ ਕੰਮ ਕਰਦੇ ਲੋਕਾਂ ਦਾ ਉਹ ਰੋਹੀ ਨੂੰ ਨਾ ਜਿਹੜੇ ਉੱਥੇ ਨਾ ਚੇਤ ਨੂੰ ਗੱਡੇ ਸੂਤ ਕਰਾਉਂਦੇ ਹੁੰਦੇ ਤੇ ਵੀ ਜਿਹੜੇ ਮਾਰੂ ਜ਼ਮੀਨਾਂ ਹੁੰਦੀਆਂ ਨੇ ਉਹ ਉੱਥੋਂ ਢੋ ਕੇ ਨਾ ਗੱਡਿਆਂ ਨਾਲ ਪਿੰਡ ਦੇ ਨਾਲ ਨਾਲ ਆ ਕੇ ਗਾਉਂਦੇ ਹੁੰਦੇ ਸੀ ਤਾਂ ਉਹ ਬੈਠਾ ਗੱਡੇ ਦੀ ਜਿਹੜੀ ਵਿਚਾਲੀ ਨਾਭ ਹੁੰਦੀ ਸੀ ਨਾ ਉਹਦੇ 'ਤੇ ਚਿੱਤੜ ਲਾਏ ਉਹਨਾਂ ਨੇ ਦੁਹਾੜੇ ਤੋਂ ਉੱਧਰ ਆ ਗਏ ਦੁਹਾੜੇ 'ਤੇ ਇੱਕ ਪਾਸਿਓਂ ਇੱਕ ਆ ਗਿਆ ਉਹ ਮਾਰਿਆ ਲਲਕਾਰਾ ਆ ਕੇ ਉੱਠ ਅਖੇ ਕਣਿਆ ਉਹ ਮਾੜੀ ਜਿਹੀ ਅਖਮੀ 'ਚ ਕੇ ਰੱਖਦਾ ਤਾ ਅਖੇ ਅਸੀਂ ਆ ਗਏ ਹੈਂ ਉਹਨੇ ਐਂ ਮਾਰੀ ਹੌਸਲੀ ਵੀ ਮੈਂ ਉੱਠ ਕੇ ਨੱਠ ਜਾਵਾਂ ਕਿਸੇ ਪਾਸੇ ਨੂੰ ਜਿਹੜੇ ਗੱਡੇ ਦੇ ਆਰ ਹੁੰਦੇ ਆ ਨਾ ਉਹਨਾਂ ਦੇ ਵਿੱਚੀ ਉਹਦਾ ਪੈਰ ਲੰਘ ਗਿਆ ਉਹ ਵਿੱਚ ਫਸ ਗਿਆ ਜਦ ਨੂੰ ਉਹ ਆ ਗਏ ਉਹਨਾਂ ਨੇ ਆਉਂਦੇ ਨਾਲ ਤਲਵਾਰ ਮਾਰੀ ਲੱਤ ਜੁਦੀ ਕਰਤੀ ਜੁਦੀ ਕੀਤੀ ਤਾਂ ਫਿਰ ਉਹ ਦੂਏ ਮਾਰਨ ਲੱਗੇ ਉਹ ਕਹਿੰਦੇ ਹਾਲੇ ਨਾ ਮਾਰੀ ਉਹਨੂੰ ਪੁੱਛਿਆ ਵੀ ਸਾਡਾ ਮਾਮਾ ਕਿਵੇਂ ਕੁੱਟਿਆ ਸੀ ਰਾਮ ਸਿੰਘ ਨੂੰ ਹੈਂ ਰਾਮ ਸਿੰਘ ਨੂੰ ਰਾਮ ਸਿੰਘ ਨੂੰ ਵੀ ਸਾਡਾ ਮਾਮਾ ਉੱਥੇ ਜਾ ਕੇ ਕਿਵੇਂ ਕੁੱਟਿਆ ਸੀ ਫਿਰ ਉਹਦੀ ਦੂਈ ਲੱਤ ਵੱਢੀ ਫਿਰ ਉਹਨੂੰ ਪੁੱਛਿਆ ਵੀ ਕਿੱਦਾਂ ਕੁੱਟਿਆ ਸੀ ਉਹ ਕੀ ਦੱਸੇ ਫਿਰ ਉਹਦੀ ਕਲੀ ਕਲੀ ਬਾਂਹ ਪਹਿਲਾਂ ਵੱਢੀ ਫਿਰ ਉਹਦਾ ਗਾਟਾ ਵੱਢਤਾ ਮਾੜੇ ਕੰਮ ਦਾ ਫਿਰ ਮਾੜਾ ਨਤੀਜਾ ਨਹੀਂ ਆਹੋ ਵੀ ਉਹ ਜੇ ਮਾੜਾ ਕੰਮ ਕਰਦਾ ਤਾਂ ਦੇਖ ਲਾ ਉਹਦੇ ਨਾਲ ਹਾਲ ਹੋਇਆ ਉਹ 10 ਸਾਲ ਝਾਕ ਰਹੀ ਆ ਕਹਿੰਦੇ ਰਹੇ ਆ ਵੀ ਵੀ ਸਵੇਰੇ ਮੁੜੇ ਪਰਸੋਂ ਮੁੜੇ 10 ਦਿਨਾਂ ਨੂੰ ਮੁੜੇ 20 ਦਿਨਾਂ ਨੂੰ ਮੁੜੇ ਪਿੱਛੇ ਨੂੰ ਚਲੇ ਜਾਣਾ ਦੇਸ ਨੂੰ ਦੇਸ਼ ਕਹਿੰਦੇ ਹੁੰਦੇ ਤੇ ਹੁਣ ਇਹਨਾਂ ਦਾ ਆਹ ਦੇਸ਼ ਆ ਸਾਡਾ ਹਜੇ ਵੀ ਅਸੀਂ ਕਹਿੰਦੇ ਹਾਂ ਉੱਧਰੋਂ ਵਤਨੋਂ ਆਏ ਹਾਂ ਦੇਸੋਂ ਆਏ ਹਾਂ ਜੰਮਣ ਭੋ ਨਹੀਂ ਭੁੱਲਦੀ ਹੈਗੀ ਹਾਂ ਤੁਹਾਡਾ ਪਿੰਡ ਆਪਾਂ ਤੁਹਾਨੂੰ ਨਾ ਦਿਖਾ ਦੇਣਾ ਸਾਡੇ ਦੇਖਣ ਵਾਲੇ ਉਸ ਪਿੰਡ ਦੇ ਵਿੱਚ ਬੰਦੇ ਜੁੜ ਜਾਣਗੇ ਤੁਹਾਨੂੰ ਨਾ ਵੀਡੀਓ ਭੇਜਣਗੇ ਬਣਾ ਕੇ ਤੁਸੀਂ ਆਪਣਾ ਉਹ ਪਿੰਡ ਆਪਣਾ ਦੇਖ ਸਕਦੇ ਵੀਡੀਓ ਦੇ ਰਾਹੀਂ ਉਹ ਬੌਂਕੜਾਂ ਵਾਲਾ ਜਿਹੜਾ ਹੈਗਾ ਮੇਹਰ ਸਿੰਘ ਉਹ ਮੈਨੂੰ ਕਹਿਣ ਤਾ ਵੀ ਮੈਂ ਮਲੇਸ਼ੀਆ 'ਚ ਰਹਿੰਦਾ ਜਿੱਦਣ ਆ ਗਿਆ ਨਾ ਪਿੰਡ ਮੈਂ ਤੁਹਾਡੇ ਪਿੰਡ ਜਾਊਂਗਾ ਅਤੇ ਪਿੰਡ ਦੀ ਵੀਡੀਓ ਬਣਾ ਕੇ ਲਿਆ ਕੇ ਤੈਨੂੰ ਅਰਸ਼ਦ ਦੇ ਇਹਦੇ 'ਚ ਦਿਖਾ ਲੂੰਗਾ ਉਹ ਫਿਰ ਉਹ ਆਉਂਦਾ ਰਿਹਾ ਉੱਥੇ ਮੈਂ ਨਹੀਂ ਹੁੰਦਾ ਸੀ ਤਾਂ ਇੱਦਾਂ ਰਿਹਾ ਬਾਬਾ ਜੀ ਹੁਣਾਂ ਦੀ ਗੱਲਬਾਤ ਤੁਸੀਂ ਸੁਣੀ ਆ ਜੀ ਅਤੇ ਇਹਨਾਂ ਦੀ ਜਿਹੜੀ ਪਾਰਟੀਸ਼ਨ ਕਰਕੇ ਆਏ ਜਦੋਂ ਹਿਜਰਤ ਕੀਤੀ ਉੱਥੋਂ ਇੱਥੇ ਟੋਬੇ ਤੱਕ ਆਏ ਉਹ ਸਾਰਾ ਜਿਹੜਾ ਆਪਣਾ ਇਹਨਾਂ ਨੇ ਹਾਲ ਸੁਣਾਇਆ ਔਰ ਉਹਦੇ ਵਿੱਚ ਦੀਦਾਰ ਸਿੰਘ ਹੁਣਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਦੀ ਵਜ੍ਹਾ ਤੋਂ ਇਹ ਬਚ ਕੇ ਅੱਜ ਵੀ ਸਾਡੇ ਨਾਲ ਇਹ ਗੱਲਾਂ ਬਾਤਾਂ ਕਰ ਰਹੇ ਆ ਜ਼ਿੰਦਗੀ ਦੇ ਵਿੱਚ ਇਨਸਾਨ ਬਹੁਤ ਸਾਰੇ ਲੋਕ ਬੁਰਾ ਵੀ ਕਰ ਜਾਂਦੇ ਤੁਹਾਡਾ ਬਹੁਤ ਸਾਰੇ ਲੋਕ ਭਲਾ ਵੀ ਕਰ ਜਾਂਦੇ ਆ ਲੇਕਿਨ ਭਲਾ ਕਰਨ ਵਾਲਿਆਂ ਦਾ ਜ਼ਿਕਰ ਜਿਹੜਾ ਬਹੁਤ ਅੱਛੇ ਅੰਦਾਜ਼ ਨਾਲ ਹੁੰਦਾ ਰਾਮ ਸਿੰਘ ਹੁਣਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੇ ਜ਼ੁਲਮ ਦੀ ਇੰਤਹਾ ਕੀਤੀ ਔਰ ਬਾਅਦ ਦੇ ਵਿੱਚ ਫਿਰ ਉਹਦੇ ਨਾਲ ਵੀ ਉਸੇ ਤਰ੍ਹਾਂ ਹੀ ਹੋਇਆ ਜੋ ਉਹ ਕਰਦਾ ਲੋਕਾਂ ਨਾਲ ਕਰਦਾ ਆ ਅਸੀਂ ਆਪਣੀ ਵੀਡੀਓ ਦੇ ਵਿੱਚ ਕੋਸ਼ਿਸ਼ ਕਰੀ ਦੀ ਆ ਕਿ ਜਿਹੜੀਆਂ ਚੀਜ਼ਾਂ ਹੋ ਗਈਆਂ ਆਪਾਂ ਉਹਨਾਂ ਨੂੰ ਯਾਦ ਨਹੀਂ ਕਰਨਾ ਆਪਾਂ ਉਹਨਾਂ ਨੂੰ ਭੁੱਲ ਕੇ ਇੱਕ ਨਵਾਂ ਸਫ਼ਰ ਜਿਹੜਾ ਪਿਆਰ ਮੁਹੱਬਤ ਦਾ ਸਫ਼ਰ ਆਪਾਂ ਉਹ ਸ਼ੁਰੂ ਕਰਨਾ ਔਰ ਬਜ਼ੁਰਗ ਜਿਹੜੇ ਆ ਉਹਨਾਂ ਨੇ ਅੱਜ ਵੀ ਇਹੀ ਕਿਹਾ ਕਿ ਸਾਡਾ ਦੇਸ਼ 10 ਸਾਲ ਤੱਕ ਅਸੀਂ ਝਾਕ ਰੱਖੀ ਵੀ ਹੁਣ ਵੀ ਮੁੜ ਗਏ ਹੁਣ ਵੀ ਮੁੜ ਗਏ ਅਤੇ ਅੱਜ ਵੀ ਆਪਣਾ ਪਿੰਡ ਵੇਖਣ ਲਈ ਇਹਨਾਂ ਦਾ ਜਿਹੜਾ ਦਿਲ ਆ ਨਾ ਮਤਲਬ ਜਦੋਂ ਸਵਾਲ ਕੀਤਾ ਤਾਂ ਇਹਨਾਂ ਦਾ ਅਠਾ ਹੀ ਹੋਰ ਸੀਗਾ ਅਗਰ ਕੋਈ ਸਾਡਾ ਭਾਈ ਸਾਡਾ ਚਾਹਣ ਵਾਲਾ
ਬਾਬਾ ਜੀ ਉਹਨਾਂ ਨੂੰ ਸੁਣਦਾ ਆ ਅਤੇ ਇਹਨਾਂ ਦਾ ਜਿਹੜਾ ਪਿੰਡ ਆ ਉਹਦੀ ਵੀਡੀਓ ਬਣਾ ਕੇ ਸਾਡੇ ਦਿੱਤੇ ਹੋਏ ਨੰਬਰ 'ਤੇ ਸਾਡੇ ਨਾਲ ਸ਼ੇਅਰ ਕਰੇ ਅਤੇ ਜਿਹਦੇ ਨਾਲ ਬਿਲਾ ਸ਼ੁਬਾ ਬਜ਼ੁਰਗ ਜਿਹੜੇ ਬਹੁਤ ਖੁਸ਼ ਹੋਣਗੇ ਔਰ ਦੁਆਵਾਂ ਵੀ ਦੇਣਗੇ ਇਨਸ਼ਾਅੱਲਾ ਜੀ ਫਿਰ ਕਿਸੇ ਨਵੇਂ ਬਜ਼ੁਰਗ ਦੇ ਨਾਲ ਕਿਸੇ ਨਵੇਂ ਪਿੰਡ 'ਚ ਨਵੀਂ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ ਰੱਬ ਰਾਖਾ ਜੀ